ਪੁਲੇਖਾ ਇਹ ਪੈ ਰਿਹਾ ਵੀ ਦੀਵਾਲੀ 31 ਤਰੀਕ ਦੀ ਆ ਜਾਂ 1 ਤਰੀਕ ਦੀ ਆ ਇਹ ਇਹ ਪੁਲੇਖਾ ਦੂਰ ਕਰੋ ਦੀਵਾਲੀ ਇੱਕੋ ਹੀ ਆ ਦੀਵਾਲੀ ਹੀ ਲੰਬੀ ਹੋ ਗਈ ਆ ਦੀਵਾਲੀ ਦਾ ਪੂਜਨ ਲੰਮਾ ਹੋ ਗਿਆ ਦੀਵਾਲੀ ਦਾ ਯੋਗ ਲੰਮਾ ਹੋ ਗਿਆ ਭਾਈ ਸਾਹਿਬ ਜਿਹੜਾ ਯੋਗ ਲੱਗਦੇ ਕਿਸ ਤਰ੍ਹਾਂ ਲੱਗਦਾ ਇਹਦੇ ਬਾਰੇ ਥੋੜਾ ਜਿਹਾ ਕੁਝ ਯੋਗ ਐਸੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਧਾਰਮਿਕ ਕੰਮ ਕਰ ਸਕਦੇ ਆ ਠੀਕ ਹੈ ਪੂਜਾ ਕਰ ਸਕਦੇ ਆ ਕੋਈ ਯੋਗ ਉਹ ਨੇ ਜਿਨ੍ਹਾਂ ਦੇ ਵਿੱਚ ਅਸੀਂ ਪੂਜਾ ਨਹੀਂ ਕਰ ਸਕਦੇ ਨਾ ਹੀ ਕਿਸੇ ਦੇਵਤੇ ਦਾ ਆਵਾਹਨ ਕਰ ਸਕਦੇ ਆ ਕਿਉਂਕਿ ਉਸ ਯੋਗ ਦੇ ਵਿੱਚ 네ਗੇਟਿਵ ਪ੍ਰਭਾਵ ਮਿਲਦਾ ਜਿੰਨੇ ਆਕਾਸ਼ ਦੇ ਵਿੱਚ ਰਾਤ ਨੂੰ ਵਿਚਰਨ ਵਾਲੀਆਂ ਚੀਜ਼ਾਂ ਨੇ ਭੂਤ ਪ੍ਰੇਤ ਜਿੰਨ ਚਰੇਲ ਜੋ ਵੀ ਕੁਝ ਕਹ ਲੋ ਉਹ ਦੀਵਾਲੀ ਦੇ ਯੋਗ ਨੂੰ ਸਾਰੇ ਹੀ ਆਜ਼ਾਦ ਸੁਤੰਤਰ ਕੁਮ ਦੇ ਨੇ ਉਹਨਾਂ ਨੂੰ ਬੜੀ ਛੇਤੀ ਮੰਤਰਾਂ ਦੇ ਨਾਲ ਪਾਠ ਨਾਲ ਸਾਧਨਾ ਨਾਲ ਪੂਜਾ ਨਾਲ ਕਾਬੂ ਕੀਤਾ ਜਾਂਦਾ ਜਿਹੜੇ ਇਸ ਚੀਜ਼ ਦੇ ਜਾਨੀ ਨੇ ਤੰਤਰਕ ਕਹਿ ਲੋ ਬਾਬੇ ਕਹਿ ਲੋ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਕੜ ਕੇ ਜਾਦੂ ਟੂਣੀਆਂ ਦੇ ਵਿੱਚ ਇਸਤੇਮਾਲ ਕਰਦੇ ਨੇ ਤੇ ਕਿਸ ਤਰ੍ਹਾਂ ਦੇ ਟੂਣੇ ਜ਼ਿਆਦਾਤਰ ਕੀਤੇ ਜਾਂਦੇ ਤਿਹਾਰਾਂ ਦੇ ਦਿਨਾਂ ਦੇ ਵਿੱਚੋਂ ਕਿਸੇ ਦੇ ਗੇਟ ਦੇ ਅੱਗੇ ਪੀਲੀ ਸਰੋਂ ਛਿੜਕ ਦੇਣੀ ਲਾਲ ਸਰੋਂ ਛਿੜਕ ਦੇਣੀ ਕਿਸੇ ਦੇ ਦਰਵਾਜ਼ੇ ਦੇ ਅੱਗੇ ਪਾਣੀ ਦਾ ਗਲਾਸ ਡੋਲ ਦੇਣਾ ਮੰਤਰ ਪੜ ਕੇ ਚਰੇਸਤੇ ਦੇ ਜਿਹੜੇ ਟੂਨੇ ਨੇ ਉਹ ਹੁੰਦਾ ਝਾਲੂ ਰੱਖ ਦੇਣਾ ਕਲੇਜੀ ਤੇ ਦਾਰੂ ਰੱਖ ਦੇਣੀ ਨਾਰੀਅਲ ਰੱਖ ਦੇਣਾ ਨਾਲ ਉਹਨਾਂ ਦੇ ਸੱਤ ਤਰ੍ਹਾਂ ਦੀ ਮਠਿਆਈ ਰੱਖ ਦੇਣੀ ਉਹ ਮਸਾਣੀ ਦਾ ਹੁੰਦਾ ਤੇ ਲੋਕ ਸਾਨੂੰ ਪੁੱਛਦੇ ਬਾਬਾ ਜੀ ਕਿਹਨੇ ਲਾਇਆ ਕੋਈ ਆਪਣਾ ਸਾਡਾ ਕਿ ਬਗਾਨਾ ਆ ਕੋਈ ਕੋਈ ਦੂਰ ਦਾ ਕਿ ਨੇੜੇ ਦਾ ਤੁਹਾਡੇ ਆਪਣੇ ਕਰਮ ਕਮਜ਼ੋਰ ਨੇ ਤੁਹਾਡੀ ਬੰਦਗੀ ਨਹੀਂ ਹੈਗੀ ਤੁਹਾਡਾ ਪੁੰਨ ਦਾਨ ਨਹੀਂ ਹੈਗਾ ਤੇ ਤੁਹਾਨੂੰ ਲੱਗੂਗਾ ਲੱਗੂਗਾ ਤੇ ਪਾਈ ਸਭ ਇਹਨਾਂ ਦਿਨਾਂ ਦੇ ਵਿੱਚ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਿਹੜਾ ਦਿਨ ਸਭ ਤੋਂ ਵਧੀਆ ਹੈਗਾ ਅਸੀਂ ਆਪਣੀਆਂ ਤਾਂ ਕੁੜੀਆਂ ਦਾ ਕਰਦੇ ਆ ਬੇਅਦਵੀ ਕਰਦੇ ਆ ਕੁੜੀਆਂ ਦੀ ਪ੍ਰਵਾਨੀ ਕਰਦੇ ਤੇ ਲక్ష్ਮੀ ਦੀ ਪੂਜਾ ਕਰਦੇ ਆ ਤੇ ਜਿਹੜੀ ਸਾਡੀ ਲక్ష్ਮੀਆਂ ਉਹਦੀ ਅਸੀਂ ਪ੍ਰਵਾਨੀ ਕਰਦੇ ਆ ਆਮ ਤੌਰ ਤੇ ਦੇਖਿਆ ਹੋਣਾ ਵੀ ਗੇਟ ਦੇ ਦੋਨੇ ਪਾਸੇ ਚਾਰ ਚਾਰ ਮੂੰਹਾਂ ਵਾਲਾ ਦੀਵਾ ਜਗਾਇਆ ਹੁੰਦਾ ਹਾਂਜੀ ਉਹ ਜਿਹੜਾ ਚਾਰ ਮੂੰਹਾਂ ਵਾਲਾ ਦੀਵਾ ਸਰੋਂ ਦੇ ਤੇਲ ਦਾ ਜਗਾਇਆ ਹੁੰਦਾ ਉਹ ਸਾਡੇ ਪਿੱਤਰਾਂ ਦਾ ਹੁੰਦਾ ਅੱਛਾ ਸਾਡੇ ਪਿੱਤਰ ਸਾਡੇ ਗੇਟ ਤੇ ਬੈਠਦੇ ਨੇ ਪਹਿਰਾ ਦਿੰਦੇ ਨੇ ਸਾਡੀ ਰੱਖਿਆ ਕਰਦੇ ਨੇ ਵੀ ਇਹ ਬੰਦਾ ਕਿੱਥੇ ਚੱਲਿਆ ਬੰਦਾ ਕਿੱਥੋਂ ਆਇਆ ਅਗਰ ਆਇਆ ਤਾਂ ਇਹਦੇ ਨਾਲ 네ਗੇਟਿਵ ਚੀਜ਼ਾਂ ਆਈਆਂ ਨੇ ਤਾਂ ਉਹਨਾਂ ਨੂੰ ਗੇਟ ਤੋਂ ਹੀ ਉਹ ਮੋੜ ਦਿੰਦੇ ਨੇ ਜਿਹੜੀ ਬਾਕੀ ਦੀਵੇ ਨੇ ਬਨੇਰਿਆਂ ਦੇ ਉੱਤੇ ਰੱਖਣੇ ਜਿੰਨੀਆਂ ਵੀ 네ਗੇਟਿਵ ਚੀਜ਼ਾਂ ਨੇ ਉਹ ਦੀਵਿਆਂ ਦਾ ਤੇਲ ਚਟਕੇ ਦੀਵਿਆਂ ਦਾ ਤੇਲ ਪ੍ਰਾਪਤ ਕਰਕੇ ਉਹ ਬਨੇਰਿਆਂ ਤੋਂ ਹੀ ਬਾਰੋ-ਬਾਰ ਵਾਪਸ ਮੁੜ ਜਾਂਦੇ ਨੇ ਕੋਈ ਵੀ ਨੇਕਟਿਵ ਚੀਜ਼ ਆ ਜਿਵੇਂ ਸਾਡੇ ਆਪਣੇ ਕੋਈ ਵੱਡੇ-ਵਡੇਰੇ ਜਾਂ ਪਰਿਵਾਰਾਂ ਚੋਂ ਮਰੇ ਹੋਏ ਨੇ ਕੋਈ ਭੈਣ ਕੋਈ ਭਰਾ ਕੋਈ ਬੱਚਾ ਕੋਈ ਮਰੇ ਹੋਏ ਨੇ ਨਾ ਉਹ ਫਿਰ ਆਪਣੇ ਘਰ ਨੂੰ ਆਉਂਦੇ ਨੇ ਫਿਰ ਉਹ ਉਹਨਾਂ ਦੀਵਿਆਂ ਤੋਂ ਹੀ ਪ੍ਰਾਪਤੀ ਕਰਕੇ ਵਾਪਸ ਮੁੜ ਜਾਂਦੇ ਨੇ ਸਿੱਖ ਕੌਮ ਕਹਿੰਦੇ ਵਹਿਮ ਭਰਮ ਨਹੀਂ ਕਰਦੀ ਵੀ ਗੁਰੂ ਨੇ ਵਹਿਮ ਭਰਮਾਂ ਤੋਂ ਕੱਢ ਦਿੱਤਾ ਪਰ ਜਿੰਨਾ ਵਹਿਮ ਤੇ ਭਰਮ ਸਿੱਖ ਕੌਮ ਦੇ ਵਿੱਚ ਦੇਖਣ ਨੂੰ ਮਿਲਿਆ ਇਨਾ ਕਿਸੇ ਕੌਮ ਦੇ ਵਿੱਚ ਨਹੀਂ ਮਿਲਿਆ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚੋਂ ਫੋਨ ਆਉਂਦੇ ਨੇ ਮੈਨੂੰ ਕਈਆਂ ਨੇ 3-3 ਚਿਰਾਗ ਲਾਏ ਨੇ ਕਈਆਂ ਨੇ 5-5 ਚਿਰਾਗ ਲਾਏ ਨੇ ਉਹ ਜਿੱਥੇ ਐਡਾ ਵੱਡਾ ਹਰਿਮੰਦਰ ਸਾਹਿਬ ਹੈ ਤੁਹਾਡੇ ਕੋਲ ਤੁਹਾਨੂੰ ਹਰਿਮੰਦਰ ਸਾਹਿਬ ਤੋਂ ਕੁਝ ਨਹੀਂ ਮਿਲਿਆ ਤੇ ਇਹ ਚਿਰਾਗ ਲਾਉਣ ਵਾਲੇ ਪ੍ਰੇਤ ਆ ਜਿਹੜੇ ਤੇ ਤੁਹਾਡਾ ਪਾਰ ਉਤਾਰਾ ਕਰ ਦੇਣਗੇ ਹਾਂਜੀ ਵਾਹਿਗੁਰੂ ਜੀ ਕੀ ਹਾਲ ਚੱਲ ਨੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਠੀਕ ਜੀ ਹੋਰ ਮ ਮਤਲਬ ਕਰ ਵਰ ਸਰ ਠੀਕ ਹੈ ਜੀ ਐਨ ਬਾਗੋ ਬਾਗ ਠੀਕ ਹੈ ਜਿਸ ਤਰ੍ਹਾਂ ਹੁਣ ਪੈਸਾ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਹਾਂਜੀ ਖਾਸ ਤੌਰ ਤੇ ਆਪਣੇ ਪਾਰ ਦੇ ਵਿੱਚ ਦੀਵਾਲੀ ਹੈ ਜਿਹੜੀ ਹਾਂਜੀ ਦੀਵਾਲੀ ਲੈ ਕੇ ਆਪਾਂ ਗੱਲਬਾਤ ਕਰਾਂਗੇ ਅੱਜ ਹਾਂਜੀ ਦੀਵਾਲੀ ਜਾਂ ਫਿਰ ਨਵਾਂ ਸਾਲ ਅੱਗੇ ਆ ਰਿਹਾ ਹੈਗਾ ਹਾਂਜੀ ਇਹਨਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਨਾ ਕਾਫੀ ਮਤਲਬ ਸਵਾਲ-ਜਵਾਬ ਹੁੰਦੇ ਆ ਜਿਵੇਂ ਦੀਵਾਲੀ ਦੇ ਦਿਨ ਕਦੇ ਵੀ ਕੋਈ ਕਿਸ ਤੇ ਟੂਣਾ ਕਰਾ ਦਿੰਦਾ ਕੋਈ ਜਾਦੂ ਹੈ ਨਾ ਇਦਾਂ ਦੇ ਕਾਫੀ ਆਪਾਂ ਦੇਖ ਟੂਨੇ ਕਰਾਏ ਜਾਂਦੇ ਨੇ ਇਹਨਾਂ ਵਾਰੇ ਤੁਸੀਂ ਖੁੱਲ ਕੇ ਸਾਨੂੰ ਦੱਸੋ ਵੀ ਟੂਨੇ ਜਿਹੜੇ ਲੋਕ ਕਰਾਉਂਦੇ ਆ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਅ ਦੇਖੋ ਸਾਰਿਆਂ ਤੋਂ ਪਹਿਲਾਂ ਹਾਂਜੀ ਅ ਸ਼ਬਦ ਚੈਨਲ ਵੱਲੋਂ ਤੇ ਮੇਰੇ ਵੱਲੋਂ ਸਾਰੇ ਸਿੱਖ ਜਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦੀਵਾਲੀ ਦਾ ਤਿਉਹਾਰ ਆ ਅਸੀਂ ਸਕੂਲ ਚ ਜਦੈ ਪੜ੍ਹਦੇ ਹੁੰਦੇ ਸੀ ਉਹ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੂੰ ਪਰ ਤੇ ਦੀਵਾਲੀ ਦੇ ਨਾਲ ਸਿੱਖਾਂ ਦਾ ਇਤਿਹਾਸ ਜੁੜ ਗਿਆ ਪਰ ਸਿੱਖਾਂ ਦੇ ਇਤਿਹਾਸ ਵਿੱਚ ਦੀਵਾਲੀ ਦਾ ਕੋਈ ਖਾਸ ਪ੍ਰਵਧਾਨ ਨਹੀਂ ਹੈਗਾ ਠੀਕ ਹੈ ਜੀ ਹਾਂ Hindu ਪદ્ધਤੀ ਦੇ ਵਿੱਚ ਜ਼ਰੂਰ ਹੈਗਾ ਕਿਉਂਕਿ ਹੁਣ ਜਿਸ ਤਰ੍ਹਾਂ ਲੋਕਾਂ ਦੇ ਮਨ ਵਿੱਚ ਸਭ ਤੋਂ ਪਹਿਲਾਂ ਮੈਂ ਕਲੀਅਰ ਕਰ ਦਵਾਂ ਵੀ ਭੁਲੇਖਾ ਇਹ ਪੈ ਰਿਹਾ ਵੀ ਦੀਵਾਲੀ 31 ਤਰੀਕ ਦੀ ਆ ਜਾਂ 1 ਤਰੀਕ ਦੀ ਆ ਹਾਂ ਇਹ ਇਹ ਭੁਲੇਖਾ ਦੂਰ ਕਰੋ ਇਹ ਭੁਲੇਖਾ ਨਹੀਂ ਹੈਗਾ ਨਾ ਜਾਣਕਾਰੀ ਆ ਠੀਕ ਹੈ ਜੀ 31 ਤਰੀਕ 10 ਵਜੇ ਦੇ ਨੇੜੇ ਇਹ ਦੀਵਾਲੀ ਵਾਲਾ ਯੋਗ ਲੱਗ ਰਿਹਾ ਠੀਕ ਹੈ ਜੀ ਤੇ ਜੋ 1 ਤਰੀਕ ਸ਼ਾਮ ਨੂੰ 6 ਵਜੇ ਤੱਕ ਇਹ ਰਹੇਗਾ ਇੱਕ ਯੋਗ ਆ ਜਿਹੜਾ ਐਡਾ ਵੱਡਾ ਦੀਵਾਲੀ ਦਾ ਯੋਗ ਲੱਗ ਕੇ 31 ਤਰੀਕ ਤੋਂ ਸ਼ੁਰੂ ਹੋ ਕੇ 10 ਵਜੇ ਤੋਂ 1 ਤਰੀਕ 6 ਵਜੇ ਤੱਕ ਰਹਿੰਦਾ ਇਸ ਕਰਕੇ ਉਹ ਲੋਕਾਂ ਨੂੰ ਕਨਫਿਊਜ਼ਨ ਹੋਈ ਹੋਈ ਆ ਵੀ ਦੀਵਾਲੀ 31 ਤਰੀਕ ਦੀ ਆ ਕਿ ਦੀਵਾਲੀ 1 ਤਰੀਕ ਦੀ ਆ ਦੀਵਾਲੀ ਇੱਕੋ ਹੀ ਆ ਦੀਵਾਲੀ ਹੀ ਲੰਬੀ ਹੋ ਗਈ ਆ ਦੀਵਾਲੀ ਦਾ ਪੂਜਨ ਲੰਮਾ ਹੋ ਗਿਆ ਦੀਵਾਲੀ ਦਾ ਯੋਗ ਲੰਮਾ ਹੋ ਗਿਆ ਉਹ 31 ਤਰੀਕ ਤੋਂ ਦੀਵਾਲੀ ਦਾ ਯੋਗ ਸ਼ੁਰੂ ਹੋ ਕੇ 1 ਤਰੀਕ ਤੱਕ ਜਾ ਰਿਹਾ ਆ ਇਸ ਕਰਕੇ ਲੋਕਾਂ ਨੂੰ ਭਲੇਖਾ ਦੀਵਾਲੀ ਮਨਾ ਸਕਦੇ ਆਪਾਂ 31 ਨੂੰ ਵੀ ਬਣਾ ਸਕਦੇ ਆਂ ਹਾਂਜੀ ਇੱਕ ਤਰੀਕ ਨੂੰ ਵੀ ਮਨਾ ਸਕਦੇ ਆ ਠੀਕ ਹੈ ਜੀ ਇਸ ਕਰਕੇ ਇਹ ਯੋਗ ਆ ਦੋ ਦਿਨਾਂ ਦਾ ਯੋਗ ਲੱਗ ਗਿਆ ਹੈ ਦੂਜੇ ਦਿਨ ਵੀ ਚੱਲ ਗਿਆ ਯੋਗ ਇਸ ਕਰਕੇ ਭਲੇਖਾ ਲੱਗ ਗਿਆ ਵੀ ਦੀਵਾਲੀ 31 ਦੀ ਆ ਜਾਂ 1 ਦੀ ਆ ਦੀਵਾਲੀ ਇੱਕੋ ਹੀ ਆ ਠੀਕ ਹੈ ਜੀ ਪਰ ਦੀਵਾਲੀ ਲੰਬੀ ਹੋ ਗਈ ਆ ਹਾਂ ਹਾਂ ਭਾਈ ਸਾਹਿਬ ਜਿਹੜਾ ਯੋਗ ਲੱਗਦਾ ਕਿਸ ਤਰ੍ਹਾਂ ਲੱਗਦਾ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਤੇ ਜਿਹੜਾ ਯੋਗ ਲੱਗਦਾ ਬੜੀ ਲੰਬੀ ਚੌੜੀ ਗੱਲ ਹੈਗੀ ਆ ਹਾਂਜੀ ਫਿਰ ਥੋੜਾ ਜਿਹਾ ਦੱਸਿਓ ਤੇ ਜਿਹੜੇ ਯੋਗ ਨੇ ਨਾ ਹੂੰ ਇਹ ਇੱਕ ਸਮੇਂ ਦੀ ਵੰਡ ਆ ਠੀਕ ਹੈ ਜੀ ਸਮੇਂ ਦੀ ਵੰਡ ਦੇ ਨਾਲ ਯੋਗ ਚੰਗੇ ਤੇ ਮਾੜੇ ਹੂੰ ਚੱਲਦੇ ਰਹਿੰਦੇ ਨੇ ਕੁਝ ਯੋਗ ਐਸੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਧਾਰਮਿਕ ਕੰਮ ਕਰ ਸਕਦੇ ਹਾਂ ਠੀਕ ਹੈ ਪੂਜਾ ਕਰ ਸਕਦੇ ਹਾਂ ਕੋਈ ਯੋਗ ਉਹ ਨੇ ਜਿਨ੍ਹਾਂ ਦੇ ਵਿੱਚ ਅਸੀਂ ਪੂਜਾ ਨਹੀਂ ਕਰ ਸਕਦੇ ਨਾ ਹੀ ਕਿਸੇ ਦੇਵਤੇ ਦਾ ਆਵਾਹਨ ਕਰ ਸਕਦੇ ਹਾਂ ਹੂੰ ਕਿਉਂਕਿ ਉਸ ਯੋਗ ਦੇ ਵਿੱਚ 네ਗੇਟਿਵ ਪ੍ਰਭਾਵ ਮਿਲਦਾ ਠੀਕ ਹੈ ਜੀ ਫਲ ਨਹੀਂ ਮਿਲਦਾ। ਓਕੇ ਜੀ। ਇਸ ਕਰ ਇਹ Hindu ਪદ્ધਤੀ ਦੀ ਵਿਚਾਰ ਸਿੱਖਾਂ ਦੀ ਨਹੀਂ ਹੈਗੀ। Hindu ਪદ્ધਤੀ ਦੀ ਵਿਚਾਰ ਇਹ ਹੈ ਵੀ ਉਹ ਯੋਗ ਜਿਹੜੇ ਨੇ ਸਮਾਂ ਕੋ ਸਮਾਂ ਉਹ ਹੁੰਦਾ ਜਿਹੜੇ ਸਮੇਂ 'ਚ ਅਸੀਂ ਪਾਠ ਪੂਜਾ ਕਰਦੇ ਆਂ ਤੇ ਪੁੰਨਦਾਨ ਕਰਦੇ ਸਾਨੂੰ ਫਲ ਕੋਈ ਨਹੀਂ ਮਿਲਦਾ। ਇਹ ਕੋ ਯੋਗ ਹੁੰਦਾ ਥੋੜਾ ਜਿਹਾ ਜਪ ਤਪ ਕਰਕੇ ਪਾਠ ਕਰਕੇ ਸਾਨੂੰ ਫਲ ਮਿਲਦਾ ਤੇ ਸਾਡੀ ਜਿਹੜੀ ਹੈਗੀ ਆ ਅਰਦਾਸ ਬੇਨਤੀ ਉਹ ਸੁਣੀ ਜਾਂਦੀ ਆ। ਅੱਛਾ ਜੇ ਨਿਖਿਤ ਯੋਗ ਹੋਵੇ ਤੇ ਸਾਡੀ ਅਰਦਾਸ ਹੀ ਨਹੀਂ ਪੂਰੀ ਹੁੰਦੀ ਉਹ ਕਿਉਂਕਿ ਸਮਾਂ ਸਾਨੂੰ ਰਸਤਾ ਨਹੀਂ ਦਿੰਦਾ ਅੱਗੇ ਹੂੰ ਜਾਣ ਦਾ ਇਸ ਕਰਕੇ ਇਹ ਯੋਗ ਲੱਗਦੇ ਨੇ ਚੰਗਾ ਤੇ ਮਾੜਾ ਇੱਕ ਸਮੇਂ ਦੀ ਵਿਚਾਰ ਜਿਹਨੂੰ ਕਹਿੰਦੇ ਅਸੀਂ ਕੋਈ ਵਿਚਾਰ ਨਹੀਂ ਜੀ ਕਰਦੇ ਹੂੰ ਉਹ ਲੋਕ ਨਹੀਂ ਵਿਚਾਰ ਕਰਦੇ ਪਰ ਕੁਝ ਲੋਕ ਕਹਿੰਦੇ ਹਾਂ ਜੀ ਅਸੀਂ ਵਿਚਾਰ ਕਰਦੇ ਸਮੇਂ ਦੀ ਕਿਹੜੇ ਸਮੇਂ ਦੇ ਵਿੱਚ ਕੰਮ ਕੀ ਕਰਨਾ ਕਿਹੜੇ ਸਮੇਂ ਵਿੱਚ ਕੀ ਕਰਨਾ ਜ਼ਿਆਦਾਤਰ ਮਕਾਨ ਬਣਾਉਣਾ ਮੰਗਣਾ ਕਰਨਾ ਵਿਆਹ ਕਰਨਾ ਇਹਨਾਂ ਸ਼ੁਭ ਕਮਾਂ ਦੇ ਵਿੱਚ ਸਮੇਂ ਦੀ ਜਰੂਰ ਵਿਚਾਰ ਕੀਤੀ ਜਾਂਦੀ ਆ ਜੇ ਇਸ ਸਮੇਂ ਚ ਵਿਚਾਰ ਨਹੀਂ ਕਰਦੇ ਤਾਂ ਫਿਰ ਸਾਨੂੰ ਬਹੁਤ ਅੱਗੇ ਜਾ ਕੇ ਇਹਦੇ ਫਲ ਭੁਗਤਨੇ ਪੈਂਦੇ ਨੇ ਠੀਕ ਹੈ ਠੀਕ ਹੈ ਫਿਰ ਜਦੋਂ ਫਲ ਭੁਗਤਨੇ ਪੈਂਦੇ ਨੇ ਸਾਡਾ ਕੋਈ ਚਾਰਾ ਨਹੀਂ ਚੱਲਦਾ ਤੇ ਅਸੀਂ ਆਪਣੇ ਵਿਦਵਾਨਾਂ ਤੋਂ ਪੁੱਛਦੇ ਹਾਂ ਵੀ ਦੱਸੋ ਜੀ ਕੀ ਕਰੀਏ ਉਹ ਕਹਿੰਦੇ ਭਾਣਾ ਮੰਨੋ ਹਾਂਜੀ ਭਾਣਾ ਮੰਨਣ ਤੋਂ ਬਿਨਾ ਅੱਗੇ ਫਿਰ ਸਾਡੇ ਕੋਲ ਕੁਝ ਨਹੀਂ ਰਹਿ ਜਾਂਦਾ ਇਹ ਹੁੰਦਾ ਸਮੇਂ ਦੀ ਵਿਚਾਰ ਠੀਕ ਹੈ ਜੀ ਤੇ ਇੱਕ ਵਾਰ ਗੁਰੂ ਸਾਨੂੰ ਇਹ ਦੱਸੋ ਜਿਤਨਾ ਤੁਸੀਂ ਦੱਸਿਆ ਵੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਧਰਮ ਸਾਂਝਾ ਤਿਹਾੜ ਮਨਾਇਆ ਜਾਂਦਾ ਸਿੱਖ ਧਰਮ ਦਾ ਕਿਦੋਂ ਮਤਲਬ ਇਹਦੇ ਨਾਲ ਮੇਲ ਹੋਇਆਗਾ ਹਾਂ ਸਿੱਖ ਧਰਮ ਦਾ ਇਹ ਮੰਨਿਆ ਜਾਂਦਾ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਵਿੱਚੋਂ ਬਵੰਜਾ ਰਾਜੇ ਛਡਾ ਕੇ ਲਿਆਂਦੇ ਨੇ ਤਾਂ ਉਹ ਇਸ ਯੋਗ ਦੇ ਵਿੱਚ ਜਾਂ ਇਸ ਦਿਨ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਸੀ ਤੇ ਲੋਕਾਂ ਨੇ ਉਦੋਂ ਆਮ ਹੀ ਖੁਸ਼ੀਆਂ ਮਨਾ ਰਹੇ ਸੀ ਦੀਵੇ ਜਗਾ ਰਹੇ ਸੀਗੇ ਦੂਸਰੀ ਪદ્ધਤੀ ਇਹ ਆ ਦਿਵਾਲੀ ਨੂੰ ਸਿੱਖ ਲੋਕ ਸਿੱਖ ਵਿਦਵਾਨ ਪਿੱਛੇ ਛੱਡ ਕੇ ਇਹ ਕਹਿੰਦੇ ਵੀ ਹਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਉਹਨਾਂ ਦੇ ਆਗਮਨ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਨੇ ਆਪਣੇ ਬਨੇਰਿਆਂ ਦੇ ਉੱਤੇ ਜੇਸੀ ਘੋਦੇ ਦੀਵੇ ਸਰੋਂ ਦੇ ਤੇਲ ਦੇ ਦੀਵੇ ਜਗਾਏ ਸੀ ਤੇ ਰੌਸ਼ਨੀ ਕੀਤੀ ਸੀ ਉਦੋਂ ਤੇ ਗੁਰੂ ਹਰਗੋਬਿੰਦ ਸਾਹਿਬ ਇਸ ਰੌਸ਼ਨੀ ਦੇ ਵਿੱਚ ਆਏ ਸੀ ਖੁਸ਼ੀ ਮਨਾਈ ਸੀ ਲੋਕਾਂ ਨੇ ਵੀ ਗੁਰੂ ਜੀ ਬਾਹਰ ਆਏ ਨੇ ਇਹ ਇੱਕ ਇਤਿਹਾਸਕ ਪੱਖ ਜੁੜਦਾ ਹੈਗਾ ਠੀਕ ਹੈ ਜੀ ਦੂਸਰੀ ਸਿੱਖ ਲੋਕ ਅ ਅੰਮ੍ਰਿਤਸਰ ਸਾਹਿਬ ਬਹੁਤ ਇਸ ਥਾਂ ਤੇ ਜਾਂਦੇ ਨੇ ਕੱਠ ਬਹੁਤ ਵੱਡਾ ਹੁੰਦਾ ਤੇ ਉਸ ਵੇਲੇ ਤੁਰਕਾਂ ਦਾ ਇੱਕ ਰਾਜ ਸੀਗਾ ਹਾਂਜੀ ਤੁਰਕਾਂ ਦਾ ਜਦੋਂ ਰਾਜ ਸੀ ਉਦੋਂ ਭਾਈ ਮਨੀ ਸਿੰਘ ਜੀ ਹੈੱਡ ਗਰੰਥੀ ਸੀ ਸ੍ਰੀ ਦਰਬਾਰ ਸਾਹਿਬ ਦੇ ਠੀਕ ਹੈ ਜੀ ਉਸ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਤੁਰਕਾਂ ਨੇ ਘੇਰਾ ਪਾ ਲਿਆ ਵੀ ਹੁਣ ਸਿੱਖਾਂ ਦੀ ਦੀਵਾਲੀ ਆ ਰਹੀ ਆ ਤੇ ਅਸੀਂ ਇਸ ਦੀਵਾਲੀ ਨੂੰ ਜਿੰਨਾ ਵੀ ਮਾਲ ਸਵਾਬ ਚੜਾਵਾ ਚੜਿਆ ਜਾਊਗਾ ਤੇ ਅਸੀਂ ਸਾਰਾ ਲੁੱਟ ਲਵਾਂਗੇ ਠੀਕ ਹੈ ਜੀ ਭਾਈ ਮੰਨੀ ਸਿੰਘ ਨੇ ਚਿੱਠੀਆਂ ਭੇਜ ਦਿੱਤੀਆਂ ਵੀ ਭਾਈ ਕੋਈ ਨਾ ਆਵੇ ਇੱਥੇ ਅੰਮ੍ਰਿਤਸਰ ਨਾ ਆਵੇ ਅੱਛਾ ਜੀ ਸਿੱਖ ਸੰਗਤਾਂ ਨੇ ਮੰਨੀਆਂ ਗੱਲਾਂ ਤੇ ਇਹਨਾਂ ਨੇ ਫਿਰ ਕੀਤਾ ਇਤਰਾਜ਼ ਵੀ ਤੁਸੀਂ ਇਹ ਕੀ ਕੀਤਾ ਚਿੱਠੀਆਂ ਕਿਉਂ ਭੇਜੀਆਂ ਨੇ ਹੂੰ ਬਿਦਵਾਲੀ ਤੇ ਨਾ ਆਉਣ ਦੀ ਗੱਲ ਕਹਤੀ ਆ ਹਾਂਜੀ ਤੇ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਹੂੰ ਠੀਕ ਆ ਤੁਸੀਂ ਆਪਣਾ ਜੋ ਮਰਜ਼ੀ ਮਨਾਓ ਇਹ ਗੱਲ ਦਾ ਸਮਝੌਤਾ ਹੋ ਗਿਆ ਭਾਈ ਮਨੀ ਸਿੰਘ ਦੇ ਨਾਲ ਵੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਭਾਈ ਮਨੀ ਸਿੰਘ ਨੇ ਦੁਬਾਰਾ ਚਿੱਠੀਆਂ ਭੇਜਤੀਆਂ ਵੀ ਜਾਓ ਹੂੰ ਸੰਗਤਾਂ ਨੂੰ ਚਿੱਠੀਆਂ ਦਿਓ ਵੀ ਸਾਰੇ ਸਿੱਖ ਆਜੋ ਕਿਉਂਕਿ ਉਹਦਾ ਮਸੰਦ ਜਿਹੜੇ ਸੀਗੇ ਮਸੰਦਾਂ ਦਾ ਨੈਟਵਰਕ ਬੜਾ ਸੀ ਹੂੰ ਅੱਗੇ ਤੋਂ ਅੱਗੇ ਚਿੱਠੀ ਥੋੜੇ ਸਮੇਂ ਵਿੱਚ ਪਹੁੰਚਾ ਦਿੰਦੇ ਸੀ ਚਿੱਠੀਆਂ ਪਹੁੰਚਾ ਦਿੱਤੀਆਂ ਵੀ ਆਜੋ ਜਿਉਂ-ਜਿਉਂ ਚਿੱਠੀਆਂ ਪਹੁੰਚ ਰਹੀਆਂ ਨੇ ਤਿਉਂ-ਤਿਉਂ ਅ ਜਿਹੜਾ ਹੈਗਾ ਤੁਰਕਾਂ ਦਾ ਘੇਰਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵਧਦਾ ਜਾਂਦਾ ਠੀਕ ਹੈ ਜੀ ਭਾਈ ਮਨੀ ਸਿੰਘ ਤੇ ਹੋਰ ਸਿੱਖਾਂ ਨੇ ਵਿਚਾਰ ਕੀਤੀ ਮਾਰੇ ਤੁਸੀਂ ਚਿੱਠੀਆਂ ਦਾ ਭੇਜ ਦਿੱਤੀਆਂ ਨੇ ਸੰਗਤਾਂ ਨੂੰ ਆਉਣ ਦੀਆਂ ਤੇ ਤੁਰਕਾਂ ਨੇ ਤਾਂ ਘੇਰਾ ਬੜਾ ਸਖਤ ਕਰ ਦਿੱਤਾ ਵਧਾ ਦਿੱਤਾ ਆ ਬੰਦੇ ਬੜੇ ਬਿਲਾ ਲਏ ਨੇ ਤਾਂ ਫੌਜਾਂ ਲੱਗੀਆਂ ਨੇ ਤੇ ਇਹ ਗੱਲ ਗੜਬੜ ਹੋਊਗੀ ਭਾਈ ਮਨੀ ਸਿੰਘ ਨੇ ਦੁਬਾਰਾ ਫੇਰ ਮਸੰਦਾਂ ਦੇ ਹੱਥ ਚਿੱਠੀਆਂ ਦਿੱਤੀਆਂ ਵੀ ਸੰਗਤਾਂ ਨੂੰ ਰੋਕ ਦਿਓ ਪਰ ਉਹ ਚਿੱਠੀਆਂ ਦੇ ਨਾਲ ਸੰਗਤਾਂ ਰੁਕਦੀਆਂ ਰੁਕਦੀਆਂ ਵੀ ਬਹੁਤ ਸਾਰੀਆਂ ਸੰਗਤਾਂ ਅੰਮ੍ਰitsar ਪਹੁੰਚ ਗਈਆਂ ਸੀ ਠੀਕ ਹੈ ਪਹੁੰਚ ਗਈਆਂ ਸੀ ਤੇ ਫੇਰ ਵੀ ਬਹੁਤ ਘੱਟ ਛੜਾਵਾ ਹੋਇਆ ਤੇ ਤੁਰਕ ਕਹਿਣ ਲੱਗੇ ਵੀ ਇਹ ਜਿੰਨਾ ਛੜਾਵਾ ਹੋਇਆ ਇਹ ਸਾਡਾ ਆ ਅੱਛਾ ਜੀ ਵੀ ਐਨੇ ਪੈਸੇ ਸਾਨੂੰ ਦਿਓ ਸੰਗਤਾਂ ਤੋਂ ਗ੍ਰਾਹ ਕੇ ਦਿਓ ਸੰਗਤਾਂ ਦੇ ਕੋਲੋਂ ਮੰਗ ਕੇ ਦਿਓ ਭਾਈ ਮਨੀ ਸਿੰਘ ਕਹਿੰਦੇ ਵੀ ਦੇਖੋ ਜਿਹੜਾ ਇਹ ਚੜਾਵਾ ਆ ਇਹ ਨਾ ਮੇਰਾ ਆ ਨਾ ਇਹ ਤੁਹਾਡਾ ਆ ਗੁਰੂ ਕੀ ਗੋਲਕਾ ਤੇ ਗੁਰੂ ਕੀ ਗੋਲਕ ਤੇ ਗੁਰੂ ਦੇ ਕੰਮ ਆਉਗੀ ਮੈਂ ਇਸ ਗੱਲ ਤੇ ਤੁਹਾਡੇ ਨਾਲ ਸਮਝੌਤਾ ਨਹੀਂ ਕਰ ਸਕਦਾ ਇਸ ਗੱਲ ਦੇ ਵਿੱਚ ਭਾਈ ਮਨੀ ਸਿੰਘ ਨੂੰ ਪਕੜ ਕੇ ਫਤਵਾ ਦੇ ਕੇ ਲਾਹੌਰ ਲੈ ਗਏ ਜਿੱਥੇ ਭਾਈ ਮਨੀ ਸਿੰਘ ਦਾ ਬੰਦਬੰਦ ਕਟਿਆ ਗਿਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਸਾਡੇ ਦੇਸ਼ ਦਾ ਸਾਡੇ ਕਿਸੇ ਵੀ ਧਰਮ ਦਾ ਹਮ ਸਾਰੇ ਧਰਮਾਂ ਦਾ ਹੀ ਜਿੰਨਾ ਨੁਕਸਾਨ ਧਾਰਮਿਕ ਲੋਕਾਂ ਨੇ ਕੀਤਾ ਹਮ ਧਾਰਮਿਕ ਆਗੂਆਂ ਨੇ ਕੀਤਾ ਇੰਨਾ ਨੁਕਸਾਨ ਚੋਰ ਲੁਟੇਰੇ ਡਾਕੂਆਂ ਨੇ ਨਹੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਿਰ ਉਤਾਰਨਾ ਫਤਵਾ ਲੈ ਕੇ ਕਾਜੀ ਖੜਾ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ ਆ ਤੇ ਫਤਵਾ ਕਿਹਨੇ ਲਾਇਆ ਕਾਜੀ ਨੇ ਧਾਰਮਿਕ ਬੰਦਾ ਆ ਸਹਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਣਿਆ ਗਿਆ ਇਹਨੂੰ ਕਿਵੇਂ ਸਜ਼ਾ ਦੇਣੀ ਆ ਕਿਵੇਂ ਮਾਰਨਾ ਆ ਇਹ ਵੀ ਕਿਤਾਬ ਕੱਛ ਦੇ ਵਿੱਚ ਲੈ ਕੇ ਔਰ ਇਹ ਫਤਵਾ ਸੁਣਾਉਣ ਵਾਲਾ ਕੌਣ ਸੀ ਧਾਰਮਿਕ ਲੀਡਰ ਧਾਰਮਿਕ ਅਗ ਜਿੰਨਾ ਵੀ ਖਾਸ ਕਰਕੇ ਸਿੱਖ ਕੌਮ ਦੇ ਨਾਲ ਧਰੋ ਕੀਤਾ ਤੇ ਉਹ ਧਾਰਮਿਕ ਲੋਕਾਂ ਨੇ ਕੀਤਾ ਚਾਹੇ ਉਹ ਧਾਰਮਿਕ ਬੰਦਾ ਕੋਈ ਵੀ ਸੀ ਇਸਲਾਮ ਚੋਂ ਸੀ ਇਹ ਹਿੰਦੂ ਪਰਪਰਤੀ ਚੋਂ ਸੀ ਚਾਹੇ ਸਿੱਖਾਂ ਦੇ ਵਿੱਚੋਂ ਸੀ ਸਿੱਖਾਂ ਦੇ ਵੀ ਧਾਰਮਿਕ ਲੋਕਾਂ ਨੇ ਸਿੱਖ ਕੌਮ ਦਾ ਇੱਕ ਜਗਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਆਪਣੀ ਆਪਣੀ ਮਤ ਦੇ ਨਾਲ ਆਪਣੇ ਆਪਣੇ ਜੋਰ ਦੇ ਨਾਲ ਤੇ ਮਾਰਾ ਕਹਿੰਦੇ ਜਿਸ ਹੱਥ ਜੋਰ ਕਰ ਵੇਖੇ ਸੋਈ ਭਾਈ ਜਿਹਦੇ ਜੋਰ ਲੱਗਦਾ ਉਹ ਚਲਾਉਂਦਾ ਰਿਹਾ ਪਰ ਸਿੱਖ ਕੌਮ ਆਪਣੀ ਚਾਲ ਨਾਲ ਸ਼ੁਰੂ ਤੋਂ ਚੱਲਦੀ ਜਾ ਰਹੀ ਹੈ ਸਿੱਖ ਪੰਥ ਖਾਲਸਾ ਪੰਥ ਚੱਲਦਾ ਜਾ ਰਿਹਾ ਹੈ ਅਜੋਕੇ ਸਮੇਂ ਦੇ ਵਿੱਚ ਵੀ ਆ ਰੌਲਾ ਪੈ ਰਿਹਾ ਟੀਵੀ ਦੇ ਉੱਤੇ ਵੀ ਹੱਥ ਖੜੇ ਕਰਕੇ ਭੱਜਣ ਵਾਲੇ ਲੋਕ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਮਾਰਦੇ ਨੇ ਤੇ ਉਸ ਬੰਦੇ ਨੇ ਇਹ ਨਹੀਂ ਸੋਚਿਆ ਵੀ ਗੱਲ ਮੈਂ ਕਿਹਦੇ ਨਾਲ ਕਰ ਰਿਹਾ ਹਾਂ ਵੀ ਅਗਰ ਸਿੱਖ ਕੌਮ ਦੇ ਵਿੱਚ ਗੱਲ ਜਾਊਗੀ ਤਾਂ ਸਿੱਖ ਕੌਮ ਦਾ ਕੀ ਬਣੂਗਾ ਉਹਦਾ ਹੁਣ ਰਿਜ਼ਲਟ ਉਹ ਭੋਗ ਰਹੇ ਨੇ ਚਲੋ ਖੈਰ ਆਪਣਾ ਇਹ ਰਾਜਨੀਤੀ ਵਾਲਾ ਵਿਸ਼ਾ ਨਹੀਂ ਹੈਗਾ ਆਪਾਂ ਧਾਰਮਿਕ ਬੰਦੇ ਆਪਾਂ ਧਾਰਮਿਕ ਵਿਸ਼ਾ ਹੀ ਰੱਖਣਾ ਆ ਠੀਕ ਹੈ ਜੀ ਤੇ ਇੱਕ ਸਾਨੂੰ ਅੱਛਾ ਦੀਵਾਲੀ ਦਾ ਪ੍ਰੋਜੈਕਟ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਹਾਂਜੀ ਅ ਜਿਆਦਾਤਰ Hindu paddhati ਦੇ ਵਿੱਚੋਂ ਇਹ ਗਿਆਨ ਮਿਲਦਾ ਹੈ ਵੀ ਜਿਹੜੀ ਦੀਵਾਲੀ ਆ ਹਾਂਜੀ ਇਸ ਦਿਨ ਮੰਨਿਆ ਜਾਂਦਾ ਇਸ ਯੋਗ ਦੇ ਵਿੱਚ ਹੂੰ ਜਿੰਨੇ ਆਕਾਸ਼ ਦੇ ਵਿੱਚ ਵਿਚਰਨ ਕਰਨ ਵਾਲੇ ਬਦਰੂਹਾ ਨੇ ਹਮਮ ਔਰ ਰਾਤ ਨੂੰ ਵਿਚਰਨ ਵਾਲੀਆਂ ਚੀਜ਼ਾਂ ਨੇ ਭੂਤ ਪ੍ਰੇਤ ਜਿੰਨ ਚੜੇਲ ਜੋ ਵੀ ਕੁਝ ਕਹਿ ਲੋ ਉਹ ਦੀਵਾਲੀ ਦੇ ਯੋਗ ਨੂੰ ਸਾਰੇ ਹੀ ਆਜ਼ਾਦ ਸੁਤੰਤਰ ਘੁੰਮਦੇ ਨੇ ਅੱਛਾ ਜੀ ਇਸ ਕਰਕੇ ਉਹਨਾਂ ਨੂੰ ਬੜੀ ਸ਼ਕਤੀ ਮੰਤਰਾਂ ਦੇ ਨਾਲ ਪਾਠ ਨਾਲ ਸਾਧਨਾ ਨਾਲ ਪੂਜਾ ਨਾਲ ਕਾਬੂ ਕੀਤਾ ਜਾਂਦਾ ਤੇ ਜਿਹੜੇ ਇਸ ਚੀਜ਼ ਦੇ ਗਿਆਨੀ ਨੇ ਤਾੰਤਰਕ ਕਹਿ ਲੋ ਬਾਬੇ ਕਹਿ ਲੋ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਕੜ ਕੇ ਜਾਦੂ ਟੂਣੀਆਂ ਦੇ ਵਿੱਚ ਇਸਤੇਮਾਲ ਕਰਦੇ ਨੇ ਕਿਸੇ ਦਾ ਕੱਪੜਾ ਚੱਕ ਲੈਣਾ ਹੂੰ ਕੱਪੜੇ ਦੀਆਂ ਜਿਹੜੀਆਂ ਤੰਦਾਂ ਨੇ ਨਾ ਉਹ ਇੱਕ ਐ ਸਿੱਧੀ ਹੁੰਦੀ ਆ ਇੱਕ ਐ ਟੇਢੀ ਹੁੰਦੀ ਆ ਇਹਨੂੰ ਕਹਿੰਦੇ ਤਾਣਾ ਪੇਟਾ ਹੂੰ ਸਿਰਫ ਇਹ ਦੋ ਤੰਦਾਂ ਉਹਦੇ ਵਿੱਚੋਂ ਕੱਢਦੇ ਨੇ ਉਹ ਦੋ ਤੰਦਾਂ ਕੱਢ ਕੇ ਫਿਰ ਇਹ ਇੱਕ ਪੁਤਲਾ ਤਿਆਰ ਕਰਦੇ ਆ ਉਹ ਤੰਦਾਂ ਨੂੰ ਉਹਨਾਂ ਦੇ ਵਿੱਚ ਪ੍ਰਯੋਗ ਕਰਦੇ ਆ ਫਿਰ ਜਿਹਦੇ ਨਾਂ ਦੇ ਉੱਤੇ ਪ੍ਰਯੋਗ ਕੀਤਾ ਮੰਤਰਾਂ ਦੀ ਸ਼ਕਤੀ ਦੇ ਨਾਲ ਦੀਵਾਲੀ ਵਾਲੇ ਦਿਨ ਉਹ ਜਾਦੂ ਮੰਤਰ ਦਾ ਅਸਰ ਉਹਨਾਂ ਦੇ ਉੱਤੇ ਹੋ ਜਾਂਦਾ ਹੈ ਜਿਨ੍ਹਾਂ ਦਾ ਮਨੋਬਲ ਬਹੁਤ ਉੱਚਾ ਆ ਬਿਲ ਪਾਵਰ ਸਟਰੋਂਗ ਆ ਉਹ ਜਾਂ ਜਿਨ੍ਹਾਂ ਦਾ ਕਰਨ ਬੜਾ ਤਗੜਾ ਕੁਨ ਦਾਨ ਬਹੁਤ ਨੇ ਉਹਨਾਂ ਦੇ ਉੱਤੇ ਇਹ ਤੰਤਰ ਕਿਰਿਆ ਜਾਦੂ ਕਿਰਿਆ ਅਸਰ ਨਹੀਂ ਕਰਦੀ ਠੀਕ ਹੈ ਜਿਨ੍ਹਾਂ ਦਾ ਮਾਨਸਿਕ ਰੋਗੀ ਨੇ ਇਰਾਦੇ ਦੇ ਕਮਜ਼ੋਰ ਨੇ ਆਤਮਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਦੇ ਉੱਤੇ ਇਹ ਚੀਜ਼ਾਂ ਦਾ ਅਸਰ ਜ਼ਿਆਦਾ ਹੁੰਦਾ ਇਸ ਕਰਕੇ ਦੀਵਾਲੀ ਵਾਲੇ ਸਮੇਂ ਦੇ ਵਿੱਚ ਇਹ ਜਾਦੂ ਟੂਣੇ ਲੋਕ ਜ਼ਿਆਦਾ ਕਰਦੇ ਨੇ ਦੂਸਰੀ ਗੱਲ ਇਹ ਗੱਲ ਸੁਣ ਲਈ ਆ ਮੇਰੇ ਵੀ ਇੰਟਰਵਿਊ ਆਪਣੀ ਵੀ ਸੁਣਨਗੇ ਲੋਕ ਕਹਿੰਦੇ ਕਿ ਵੀ ਹਾਂ ਦਿਵਾਲੀ ਵਾਲੇ ਦਿਨ ਵੀ ਜਾਦੂ ਮੰਤਰ ਹੁੰਦਾ ਆ ਕੀਤਾ ਜਾਂਦਾ ਆ ਤੇ ਫਿਰ ਉਹ ਵੀ ਬਾਬੇ ਲੱਭਣੀ ਸ਼ੁਰੂ ਕਰ ਦੇਣਗੇ ਵੀ ਲੈ ਵੀ ਹੁਣ ਬਾਬਾ ਲੱਭੀਏ ਲੈ ਵੀ ਬਾਬਾ ਫਲਾਣੇ ਬੰਦੇ ਨੇ ਸਾਡਾ ਪੇਚਾ ਪਿਆ ਆ ਸਾਡੀ ਜ਼ਮੀਨ ਦੱਬ ਲਈ ਆ ਸਾਡੀ ਕੋਠੀ ਦੱਬ ਲਈ ਆ ਸਾਡੇ ਪੈਸੇ ਮਾਰ ਲਏ ਨੇ ਤੇ ਤੂੰ ਹੁਣ ਦਿਵਾਲੀ ਨੂੰ ਕਰ ਦੇ ਇਹਦਾ ਕੰਮ ਦਿਵਾਲੀ ਨੂੰ ਮਾਰਨ ਕਰਿਆ ਵੀ ਹੁੰਦੀ ਆ ਹੂੰ ਲੋਕ ਬਿਮਾਰ ਵੀ ਕਰਦੇ ਨੇ ਲੋਕ ਬਰਬਾਦ ਵੀ ਕਰਦੇ ਨੇ ਇਹ ਵੱਖ-ਵੱਖ ਤਰ੍ਹਾਂ ਦੇ ਸਾਧਨ ਕਰਦੇ ਨੇ ਤੇ ਇਸ ਕਰਕੇ ਉਹ ਲੋਕ ਫਿਰ ਸਪੀਡ ਤੇਜ਼ ਕਰ ਦਿੰਦੇ ਵੀ ਲੱਭ ਕੇ ਬਾਬਾ ਕੋਈ ਤੇ ਆਪਾਂ ਆਪਣੇ ਵਿਰੋਧੀਆਂ ਦਾ ਕੰਮ ਕਰਾਈਏ ਪਰ ਬਹੁਤ ਘੱਟ ਐਸਾ ਚਾਂਸ ਹੁੰਦਾ ਆ ਵੀ ਜੋ ਕਿਸੇ ਦੇ ਉੱਤੇ ਜਾਦੂ ਟੂਣਾ ਹੋਵੇ ਸਾਰਿਆਂ ਦੇ ਉੱਤੇ ਨਹੀਂ ਹੁੰਦਾ ਜਿਨ੍ਹਾਂ ਦੇ ਮਨ ਦੇ ਅੰਦਰ ਇਹ ਕਹਨੋ ਵੀ ਸਾਰੀ ਉਮਰ ਬੇਈਮਾਨੀ ਧੋਖਾ ਧੜੀ ਰਹੀ ਆ ਤੇ ਉਹਨਾਂ ਨੂੰ ਤਾਂ ਜਾਦੂ ਟੂਣੇ ਲੱਗਣ ਕਿਤੇ ਲੱਗਣੇ ਵੀ ਚਾਹੀਦੇ ਨੇ ਠੀਕ ਹੈ ਜੀ ਜਿਹੜੇ ਬੇਈਮਾਨ ਬੰਦੇ ਨੇ ਜਿਹੜੇ ਪੈਸੇ ਲੈ ਕੇ ਮੁਕਰ ਗਏ ਕਿਸੇ ਦੇ ਜ਼ਮੀਨ ਦੱਬ ਲਈ ਕਿਸੇ ਦਾ ਘਰ ਦੱਬ ਲਿਆ ਇਹ ਤਾਂ ਗਲਤ ਗੱਲ ਨਾ ਇਹਨਾਂ ਸੇ ਤਾਂ ਲੱਗਣੇ ਵੀ ਚਾਹੀਦੇ ਆ ਇਸ ਕਰਕੇ ਇਹ ਜਿਹੜੀ ਕਿਰਿਆ ਹੈਗੀ ਦਿਵਾਲੀ ਨੂੰ ਮੰਨੀ ਜਾਂਦੀ ਆ ਵੀ ਇਸ ਤਰ੍ਹਾਂ ਕਰਕੇ ਕੁਝ ਕੀਤਾ ਜਾਂਦਾ ਨੰਬਰ 2 ਦੀਵਾਲੀ ਜਿਹੜੀ ਆ ਉਹ ਇੱਕ ਬੜੇ ਸ਼ੁਭ ਮਹੂਰਤ ਦੇ ਵਿੱਚ ਆਉਂਦੀ ਆ ਇਸ ਮਹੂਰਤ ਦੇ ਵਿੱਚ ਤੁਸੀਂ ਕਿਸੇ ਵੀ ਦੇਵੀ ਦੇਵਤੇ ਦਾ ਗੁਰੂ ਪੀਰ ਦਾ ਆਵਾਹਨ ਕਰੋਗੇ ਤੁਹਾਨੂੰ ਫਲ ਦੇਊਗਾ ਸਿੱਧੀ ਮਿਲੂਗੀ ਇਸ ਦੀਵਾਲੀ ਦੇ ਵਿੱਚ ਜਬ ਤੱਕ ਇੱਕ ਹਫ਼ਤਾ ਪਹਿਲਾਂ ਦੀਵਾਲੀ ਦਾ ਜਿਹੜਾ ਪ੍ਰੋਜੈਕਟ ਆ ਉਹ ਸ਼ੁਰੂ ਹੋ ਜਾਂਦਾ ਹੁਣ ਦੀਵਾਲੀ ਦਾ ਚੱਲ ਰਿਹਾ ਤੇ ਦੀਵਾਲੀ ਦੀ ਜਿਹੜੀ ਰਾਤ ਆਉਣੀ ਆ ਇੱਕ 31 ਤਰੀਕ ਦੀ ਰਾਤ ਇੱਕ ਤਰੀਕ ਦੀ ਰਾਤ ਇਸ ਰਾਤ ਨੂੰ ਜਿਸ ਵੀ ਚੀਜ਼ ਦਾ ਆਵਾਹਨ ਕਰੀਏ ਗੁਰੂ ਪੀਰ ਦੀ ਕਿਸੇ ਦੀ ਪੂਜਾ ਕਰਦੇ ਆ ਸੇਵਾ ਕਰਦੇ ਆ ਪਾਠ ਕਰਦੇ ਆ ਭਜਨ ਕਰਦੇ ਆ ਬਾਲੇ ਲੋਕ ਚੰਡੀ ਦਾ ਪਾਠ ਕਰਦੇ ਆ ਚੰਡੀ ਦੇ ਮੰਤਰ ਕਰਦੇ ਆ ਤੇ ਉਹਨਾਂ ਨੂੰ ਸਿੱਧੀ ਮਿਲਦੀ ਹੁੰਦੇ ਕਾਰਜ ਰਾਸ ਹੁੰਦੇ ਨੇ ਕਾਰਜ ਸਿੱਧ ਹੁੰਦੇ ਨੇ ਤੇ ਇਸ ਕਰਕੇ ਇਹ ਦੀਵਾਲੀ ਦੀ ਮਹਾਤਮ ਦੇ ਨਾਲ ਐਸੀਆਂ ਚੀਜ਼ਾਂ ਕਾਫੀ ਜੁੜੀਆਂ ਹੋਈਆਂ ਨੇ ਠੀਕ ਹੈ ਜੀ ਹਾਂਜੀ ਤੇ ਇੱਕ ਭਾਈ ਸਾਹਿਬ ਜੀ ਦੱਸਣਾ ਜਿਸ ਤਰ੍ਹਾਂ ਤੁਸੀਂ ਦੱਸਿਆ ਤਿਹਾੜਾਂ ਦਾ ਸੀਜ਼ਨ ਆ ਦਿਵਾਲੀ ਖਾਸ ਕਰਕੇ ਦਿਵਾਲੀ ਦੇ ਦਿਨ ਕੋਈ ਕਿਸਤੇ ਕੋਈ ਚੀਜ਼ ਕਰਾ ਦਿੰਦਾ ਜਾਂ ਕੋਈ ਕਿਸੇ ਦੇ ਘਰੇ ਮਠਾਈ ਦਾ ਡੱਬਾ ਦੇ ਕੇ ਜਾਂਦਾ ਉਹਨਾਂ ਨੂੰ ਆਪਾਂ ਨੂੰ ਆਪਾਂ ਨੂੰ ਕਿਸ ਤਰ੍ਹਾਂ ਭੱਜਿਆ ਜਾ ਸਕਦਾ ਵੀ ਇਹਨਾਂ ਚੀਜ਼ਾਂ ਵਿੱਚ ਕੁਝ ਕਰਾਇਆ ਹੈਗਾ ਲਓ ਜਿਨ੍ਹਾਂ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਸਾਰੇ ਜਗਤ ਨੂੰ ਇਸ ਗੱਲ ਦੀ ਸੂਚਨਾ ਦਵਾਂ ਵੀ ਜਿਨ੍ਹਾਂ ਦੇ ਉੱਤੇ ਜਾਦੂ ਟੋਣਾ ਹੋ ਗਿਆ ਪਤਾ ਲੱਗ ਗਿਆ ਉਹਨਾਂ ਨੂੰ ਵੇ ਅੱਗੇ ਨਾਲੋਂ ਸਾਡੀ ਬੋਡੀ ਦੇ ਵਿੱਚ ਜਾਂ ਸਾਨੂੰ ਮਾਨਸਿਕ ਤੌਰ ਤੇ ਅਧਿਆਤਮਿਕ ਤੌਰ ਤੇ ਅੱਗੇ ਨਾਲੋਂ ਸਾਨੂੰ ਕੁਝ 네ਗੇਟਿਵ ਹੋ ਰਿਹਾ ਕੋਈ ਬੁਰਾ ਹੋ ਰਿਹਾ ਤੇ ਉਹ ਫਿਰ ਉਹਨਾਂ ਦੇ ਵਾਸਤੇ ਮੈਂ ਇੱਕ ਛੋਟਾ ਜਿਹਾ ਟੋਟਕਾ ਦੱਸੂਗਾ ਸਿੱਖਾਂ ਵਾਸਤੇ ਤਾਂ ਨਹੀਂ ਮੈਂ ਕਹਿੰਦਾ ਆਮ ਲੋਕਾਂ ਦੀ ਗੱਲ ਕਰਦਾ ਕਿਉਂਕਿ ਜਿਹੜੇ ਗੁਰਸਿੱਖ ਬੰਦੇ ਨੇ ਉਹ ਨਹੀਂ ਇਹਨਾਂ ਕੰਮਾਂ 'ਚ ਪੈਂਦੇ ਤੇ ਨਾ ਹੀ ਉਹ ਮੰਨਦੇ ਆ ਨਾ ਹੀ ਉਹਨਾਂ ਨੂੰ ਕੁਝ ਹੁੰਦਾ ਗੁਰਸਿੱਖਾਂ ਨੂੰ ਨਹੀਂ ਹੁੰਦਾ ਕਿਉਂਕਿ ਜਿਹੜੇ ਬਾਣੀ ਪੜਨ ਵਾਲੇ ਨੇ ਅਭਿਆਸੀ ਨੇ ਨਾਮ ਦੇ ਅਭਿਆਸੀ ਨੇ ਉਹ ਇਹਨਾਂ ਗੱਲਾਂ ਤੋਂ ਦੂਰ ਰਹਿੰਦੇ ਤੇ ਉਹਨਾਂ ਤੋਂ ਇਹ ਵੀ ਚੀਜ਼ਾਂ ਵੀ ਦੂਰ ਰਹਿੰਦੀਆਂ ਨੇ ਹਾਂ ਜਿਨ੍ਹਾਂ ਦੇ ਉੱਤੇ ਇਹ ਕੰਮ ਹੋ ਗਿਆ ਉਹ ਨੋਟ ਕਰ ਲੈਣ ਉਹਨੂੰ ਕਹਿੰਦੇ ਨੇ ਢਾਈਆ ਢਾਈਆ ਸਾਰਿਆਂ ਦਾ ਹੀ ਹੁੰਦਾ ਢਾਈਆ ਸ਼ਨੀ ਦਾ ਵੀ ਹੁੰਦਾ ਢਾਈਆ ਕਾਲੀ ਦਾ ਵੀ ਹੁੰਦਾ ਢਾਈਆ ਸ਼ਿਵਜੀ ਦਾ ਵੀ ਹੁੰਦਾ ਸਾਰਿਆਂ ਦਾ ਢਾਈਆ ਹੁੰਦਾ ਢਾਈ ਪਤਾਸੇ ਢਾਈ ਲੌਂਗ ਢਾਈ ਇਲਾਚੀ ਛੋਟੀ ਇਲਾਚੀ ਜਿਹੜਾ ਪਤਾਸਾ ਆ ਇੱਕ ਪਾਸੇ ਉਹ ਸੰਧੂਰ ਲਾ ਕੇ ਇੱਕ ਪਾਸੇ ਤੋਂ ਕਾਜਲ ਲਗਾ ਕੇ ਇਸੇ ਤਰ੍ਹਾਂ ਇਲਾਚੀ ਨੂੰ ਇੱਕ ਪਾਸੇ ਲਾ ਕੇ ਕਾਜਲ ਇੱਕ ਪਾਸੇ ਸੰਧੂਰ ਲਾ ਕੇ ਲੌਂਗ ਨੂੰ ਵੀ ਇੱਕ ਪਾਸੇ ਕਾਜਲ ਇੱਕ ਪਾਸੇ ਸੰਧੂਰ ਲਾ ਕੇ ਇਹ ਢਾਈ ਚੀਜ਼ਾਂ ਆਪਣੇ ਉੱਤੋਂ ਦੀ ਸੱਤ ਵਾਰੀ ਘੁਮਾ ਕੇ ਐਂਟੀਕਲॉक ਤੇ ਇਹਨੂੰ ਜਾ ਕੇ ਕਿਤੇ ਜੰਗਲਾਂ ਦੇ ਵਿੱਚ ਛੁਟੇ ਹੁਣਾ ਜਿੱਡਾ ਵੱਡਾ ਮਰਜ਼ੀ ਕਿਸੇ ਦੇ ਉੱਤੇ ਜਾਦੂ ਟੂਣਾ ਕੀਤਾ ਤੰਤਰ ਲੱਗਿਆ ਉਹ ਸਾਰਾ ਕੱਟਿਆ ਜਾਂਦਾ ਅੱਛਾ ਜੀ ਕਿਉਂਕਿ ਜਿਹੜੀ ਕਾਲੀ ਮਾਤਾ ਦਾ ਇਹ ਢਾਈਆ ਆ ਇਹ ਕਿੱਡੇ ਵੀ ਮੰਤਰ ਹੋਵੇ ਕਿੱਡਾ ਜੰਤਰ ਹੋਵੇ ਕਿੰਦੀ ਵੀ ਕੋਈ ਸ਼ਕਤੀ ਹੋਵੇ ਸਾਰਿਆਂ ਨਾਲ ਟੱਕਰ ਲੈ ਲੈਂਦੀ ਆ ਇਸ ਕਰਕੇ ਇਹ ਢਾਈਆ ਇੱਕ ਐਸਾ ਹੈਗਾ ਕੀ ਕਿ ਇਹ ਉਪਾ ਉਪਾਏ ਕਿਹਦਾ ਹੈਗਾ ਵੀ ਜਿਹਦੇ ਨਾਲ ਕੀਤਾ ਹੋਇਆ ਜਾਦੂ ਟੋਣਾ ਟੋਟਕਾ ਉਤਰ ਜਾਂਦਾ ਹੈ ਉਹਨੂੰ ਢਾਈਆ ਕਹਿੰਦੇ ਨੇ ਹਾਂਜੀ ਜੇ ਸ਼ਨੀ ਦਾ ਕਿਸੇ ਦਾ ਗ੍ਰਹਿ ਚੱਲਦਾ ਹੋਵੇ ਪੰਡਿਤ ਲੋਕ ਉਹਨੂੰ ਢਾਈਆ ਕਹਿੰਦੇ ਮੈਂ ਦੱਸ ਦੇ ਤਾਂ ਨਹੀਂ ਹੈਗੇ ਉਹ ਕਹਿੰਦੇ ਅਸੀਂ ਆਪ ਕਰਾਂਗੇ ਉਹ ਆਪ ਹੀ ਜੰਤਰ ਮੰਤਰ ਕਰਦੇ ਆ ਪਰ ਮੈਂ ਸਾਰਿਆਂ ਨੂੰ ਕਹਿੰਦਾ ਵੀ ਕਿਸੇ ਦਾ ਢਾਈਆ ਚੱਲਦਾ ਹੋਵੇ ਕੋਈ ਪੰਡਿਤ ਕਹਿੰਦਾ ਤੁਹਾਨੂੰ ਸ਼ਨੀ ਦਾ ਢਾਈਆ ਚੱਲਦਾ ਢਾਈ ਲੌਂਗ ਢਾਈ ਲਾਚੀਆਂ ਢਾਈ ਪਤਾਸੇ ਇਸੇ ਤਰ੍ਹਾਂ ਆਪਣੇ ਉੱਤੋਂ ਸੱਤ ਵਾਰੀ ਵਾਰ ਕੇ ਬਾਰ ਕਿਤੇ ਜੰਗਲਾਂ ਦੇ ਵਿੱਚ ਰੱਖਾਓ ਉਤਾਰਾ ਹੋ ਜਾਊਗਾ ਸ਼ਨੀ ਵੀ ਸ਼ਾਂਤ ਹੋ ਜਾਊਗਾ ਤੇ ਇੱਕ ਸਾਨੂੰ ਇਹ ਦੱਸਿਓ ਭਾਈ ਸਾਹਿਬ ਸੰਗਤ ਦੇ ਸਵਾਲ ਹੁੰਦੇ ਆ ਇਹਨਾਂ ਤਿਹਾਰਾਂ ਦੇ ਵਿੱਚ ਖਾਸ ਤੌਰ ਤੇ ਦਿਵਾਲੀ ਦੇ ਦਿਨਾਂ ਦੇ ਉੱਪਰ ਜਿੱਦਾਂ ਲੋਕ ਕਹਿੰਦੇ ਬਾਹਰ ਨਾ ਨਿਕਲੋ ਉੱਚ ਰਸਤੇ 'ਚ ਨਾ ਖੜੋ ਇਹਨਾਂ ਚੀਜ਼ਾਂ ਦਾ ਕੋਈ ਇਹਨਾਂ ਚੀਜ਼ਾਂ ਨਾਲ ਲੈਣ ਦੇਣਾ ਹੈਗਾ ਜਾਂ ਫਿਰ ਬਹਿਮ ਪਰਮ ਹੈ ਆਹ ਦੇਖੋ ਜੇ ਸਾਡੇ ਕਰਮ ਕਮਜ਼ੋਰ ਨੇ ਤੇ ਕਰਮ ਸਾਡੇ ਮਾੜੇ ਆ ਬੰਦਗੀ ਨਹੀਂ ਹੈਗੀ ਨਾਮ ਨਹੀਂ ਜਪਦੇ ਸਿਮਰਨ ਨਹੀਂ ਸੇਵਾ ਨਹੀਂ ਪੁੰਨ ਨਹੀਂ ਦਾਨ ਨਹੀਂ ਕੁਝ ਵੀ ਨਹੀਂ ਹੈਗਾ ਇਹਨਾਂ 'ਚੋਂ ਫੇਰ ਤਾਂ ਜਿੱਥੇ ਵੀ ਟੂਣਾ ਕੀਤਾ ਹੋਇਆ ਉਥੋਂ ਲੱਗੂਗਾ ਲੱਗੂਗਾ ਅੱਛਾ ਜੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕੋਈ ਜਦੋਂ ਬੰਦਾ ਇਹਨਾਂ ਪੱਖਾਂ ਤੋਂ ਕਮਜ਼ੋਰ ਆ ਤਾਂ ਟੂਨੇ ਦੇ ਵਿੱਚ ਆਊਗਾ ਆਊਗਾ ਅੱਛਾ ਜੀ ਹਾਂਜੀ ਤੇ ਕਿਸ ਤਰ੍ਹਾਂ ਦੇ ਟੂਨੇ ਜ਼ਿਆਦਾਤਰ ਕੀਤੇ ਜਾਂਦੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਦੇਖੋ ਬਹੁਤ ਟੂਣਿਆਂ ਦੀਆਂ ਕਿਸਮਾਂ ਨੇ ਇਹ ਕੀ ਪਤਾ ਲੱਗਦਾ ਕੋਈ ਵੀ ਬੰਦੇ ਨੂੰ ਪਤਾ ਲੱਗ ਸਕਦਾ ਮੈਂ ਪਾਚ ਰਸਤੇ 'ਚ ਮੈਂ ਦੱਸ ਦਿਆਂ ਕਿਸੇ ਦੇ ਗੇਟ ਦੇ ਅੱਗੇ ਪੀਲੀ ਸਰੋਂ ਛਿੜਕ ਦੇਣੀ ਲਾਲ ਸਰੋਂ ਛਿੜਕ ਦੇਣੀ ਹਾਂ ਕਿਸੇ ਦੇ ਦਰਵਾਜੇ ਦੇ ਅੱਗੇ ਪਾਣੀ ਦਾ ਗਲਾਸ ਢੋਲ ਦੇਣਾ ਹੂੰ ਮੰਤਰ ਪੜ੍ਹ ਕੇ ਉਹਨੂੰ ਪ੍ਰਕਿਰਿਆ ਕਰਕੇ ਇਹ ਜਾਦੂ ਟੂਣੇ ਹੁੰਦੇ ਨੇ ਚਰਸਤੇ ਦੇ ਜਿਹੜੇ ਟੂਣੇ ਨੇ ਉਹ ਹੁੰਦਾ ਝਾਲੂ ਰੱਖ ਦੇਣਾ ਹੂੰ ਝਾਲੂ ਨਾਲ ਵੀ ਹੁੰਦਾ ਕਲੇਜੀ ਤੇ दारू ਰੱਖ ਦੇਣੀ ਇਹਦੇ ਨਾਲ ਵੀ ਚੱਲਦਾ ਔਰ ਨਾਰੀਅਲ ਰੱਖ ਦੇਣਾ ਨਾਲ ਉਹਨਾਂ ਦੇ ਸੱਤ ਤਰ੍ਹਾਂ ਦੀ ਮਠਿਆਈ ਰੱਖ ਦੇਣੀ ਉਹ ਮਸਾਣੀ ਦਾ ਹੁੰਦਾ ਮਸਾਨ ਉਹਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇ ਤੋਂ ਲੱਗ ਜੂਗਾ ਕਿ ਫੇ ਲੋਕ ਸਾਨੂੰ ਪੁੱਛਦੇ ਬਾਬਾ ਜੀ ਕਿਹਨੇ ਲਾਇਆ ਕੋਈ ਆਪਣਾ ਸਾਡਾ ਕਿ ਬਗਾਨਾ ਆ ਕੋਈ ਕੋਈ ਦੂਰ ਦਾ ਕਿ ਨੇੜੇ ਦਾ ਵੀ ਦੱਸੋ ਚ ਰਸਤੇ ਦੇ ਵਿੱਚ ਉੱਥੇ ਕੀ ਪਤਾ ਲੱਗਦਾ ਕੌਣ ਆ ਲੱਗ ਗਿਆ ਟੂਣਾ ਕੋਈ ਕਰ ਗਿਆ ਤੇ ਤੁਹਾਡੇ ਆਪਣੇ ਕਰਮ ਕਮਜ਼ੋਰ ਨੇ ਤੁਹਾਡੀ ਬੰਦਗੀ ਨਹੀਂ ਹੈਗੀ ਤੁਹਾਡਾ ਪੁੰਨ ਦਾਨ ਨਹੀਂ ਹੈਗਾ ਤੇ ਤੁਹਾਨੂੰ ਲੱਗੂਗਾ ਲੱਗੂਗਾ ਠੀਕ ਹੈ ਜੀ ਹਾਂ ਜੀ ਦਾ ਪੁੰਨ ਦਾਨ ਨਹੀਂ ਕੋਈ ਕਰਮ ਧਰਮ ਨਹੀਂ ਨਾਮ ਨਹੀਂ ਜਪਦੇ ਨਾਮ ਦਾ ਕੋਈ ਵੇਲਾ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਹਨਾਂ ਨੇ ਮੰਤਰ ਪੜਾ ਕੇ ਕਿਸੇ ਦੇ ਕੋਲੋਂ ਪਾਣੀ ਗੇਟ ਦੇ ਅੱਗੇ ਛੱਡ ਦਿੱਤਾ ਵੜਦਿਆਂ ਵੀ ਅੰਦਰਦਿਆਂ ਵੀ ਉਹਨਾਂ ਨੂੰ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜੀ ਤੇ ਹੁਣ ਇੱਥੇ ਕਿਸੇ ਦਾ ਕੀ ਪਤਾ ਲੱਗੂਗਾ ਵੀ ਕੌਣ ਆ ਆਪਣਾ ਹੈ ਕਿ ਪਰਾਇਆ ਹੂੰ ਥਰਡ ਪਰਸਨ ਬੰਦਾ ਆ ਕੋਈ ਫਿਰ ਉਹ ਅਗਲਾ ਕਹਿੰਜੀ ਮੇਥੋਂ ਤਰਨ ਪਰਸਨ ਬੰਦੇ ਨੇ ਕੀ ਲੈਣਾ ਅਸੀਂ ਤਾਂ ਕਿਸਦਾ ਕੁਝ ਵਿਗਾੜਿਆ ਨਹੀਂ ਹਾਂ ਠੀਕ ਆ ਤੁਸੀਂ ਵਿਗਾੜਿਆ ਨਹੀਂ ਹੈਗਾ ਤੁਸੀਂ ਵਿਗਾੜਨ ਜੋਗੇ ਵੀ ਨਹੀਂ ਹੈਗੇ ਪਰ ਤੁਹਾਡੇ ਅੰਦਰ ਆਪਣੀਆਂ ਕਮਜ਼ੋਰੀਆਂ ਦੇਖੋ ਕੀ ਨੇ ਤੁਹਾਡੇ ਆਪਣੇ ਅੰਦਰ ਪਾਪ ਕੀ ਨੇ ਦੋਸ਼ ਕੀ ਨੇ ਤੁਹਾਡੇ ਅੰਦਰ ਕਮਜ਼ੋਰੀਆਂ ਕੀ ਨੇ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਕਰਕੇ ਸਾਨੂੰ ਇਹ ਚੀਜ਼ਾਂ ਦਬਾ ਲੈਂਦੀਆਂ ਨੇ ਹਰ ਜਿਹਦਾ ਦੇਖੋ ਪੁੰਨਦਾਨ ਬਲਵਾਨ ਬੰਦਗੀ ਉਹਦੀ ਹੈਗੀ ਆ ਨਿਤਨੇਮੀਆਂ ਪਾਠ ਕਰਦਾ ਆ ਪੂਜਾ ਕਰਦਾ ਆ ਤੇ ਉਹ ਉਹਨਾਂ ਚੀਜ਼ਾਂ ਦੇ ਉੱਤੇ ਅਸਰ ਨਹੀਂ ਹੁੰਦਾ ਤੇ ਪੈਸਾ ਇਹਨਾਂ ਦਿਨਾਂ ਦੇ ਵਿੱਚ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਿਹੜਾ দান ਸਭ ਤੋਂ ਵਧੀਆ ਹੈਗਾ ਅਹ দান ਹੁਣ ਇਸ ਵੇਲੇ দান ਤਾਂ ਲక్ష్ਮੀ ਦਾਈਆ ਜਿਵੇਂ ਕੁੜੀਆਂ ਨੂੰ ਸੂਟ ਦੇਣਾ ਹਾਂਜੀ ਉੱਤੇ ਮਠਿਆਈ ਦਾ ਡੱਬਾ ਰੱਖ ਕੇ ਦੇਣਾ ਹੂੰ ਉੱਤੇ ਪੈਸੇ ਰੱਖ ਕੇ ਦੇਣੇ ਸੂਟ ਦੀ ਸਵਾਈ ਰੱਖ ਕੇ ਦੇਣੀ ਹੂੰ ਇਹ ਅੱਜ ਦੇ ਦਿਨ ਦਾ ਦੀਵਾਲੀ ਦਾ ਦਾਨ ਆ ਕੰਨਿਆ ਨੂੰ ਹੂੰ ਪਰ ਅੱਜ ਅਸੀਂ ਆਪਣੀਆਂ ਕੁੜੀਆਂ ਨੂੰ ਨਾ ਇਹ ਦਾਨ ਲੈਣ ਦਿੰਨੇ ਆ ਨਾ ਕੁੜੀਆਂ ਲੈਂਦੀਆਂ ਨੇ ਸਮਾ ਇਹੋ ਜਿਹਾ ਆ ਗਿਆ ਹਰ ਇੱਕ ਬੰਦਾ ਇਸ ਭਰਮ ਤੇ ਵਹਿਮ ਦੇ ਵਿੱਚ ਆ ਵੀ ਇਹ ਸੂਟ ਦੇ ਰਿਆ ਸਾਨੂੰ ਮਠਿਆਈ ਦੇ ਰਿਆ ਦੀਵਾਲੀ ਵਾਲੇ ਦਿਨਾਂ 'ਚ ਪਤਾ ਨਹੀਂ ਕੀ ਜਾਦੂ ਟੂਣਾ ਕੀਤਾ ਹੋਊਗਾ ਪਰ ਇਸ ਕਰਕੇ ਅਸੀਂ ਇਸ ਲੋਕਾਂ ਦਾ ਵਹਿਮ ਤੇ ਭਰਮ ਇੰਨਾ ਜ਼ਿਆਦਾ ਫੈਲ ਗਿਆ ਵੀ ਅਸੀਂ ਪੁੰਨਦਾਨ ਕਰਨ ਤੋਂ ਵੀ ਵਾਂਝੇ ਹੋ ਗਏ ਅਸੀਂ ਕਿਸੇ ਕੁੜੀ ਨੂੰ ਸੂਟ ਨਹੀਂ ਦੇ ਸਕਦੇ ਮਠਿਆਈ ਨਹੀਂ ਦੇ ਸਕਦੇ ਉਹਨੂੰ ਪੈਸੇ ਨਹੀਂ ਦੇ ਸਕਦੇ ਕਿਉਂਕਿ ਲੋਕੀ ਕਹਿੰਦੇ ਪਤਾ ਨਹੀਂ ਕੀ ਇਹਨਾਂ ਨੇ ਕੀਤਾ ਹੋਊਗਾ ਸਾਡਾ ਇਹ ਜਿਹੜਾ ਲక్ష్ਮੀ ਦਾ ਪੁੰਨਦਾਨ ਉਹ ਤੁਸੀਂ ਖਾਲੀ ਹੋ ਗਏ ਅੱਛਾ ਜੀ ਤੇ ਦੂਜੀ ਗੱਲ ਅ ਅਗਰ ਕੋਈ ਹੈਗਾ ਵੀ ਆ ਤਾਂ ਮੈਂ ਉਹਨਾਂ ਨੂੰ ਇਹ ਕਹਿਣਾ ਵੀ ਜੇ ਤੁਹਾਡੀ ਕਿਸੇ ਨਾਲ ਬਣਦੀ ਆ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਅ ਸੂਟ ਮਠਿਆਈ ਦਾ ਡੱਬਾ ਉੱਤੇ ਉਹਦੇ ਘੱਟੋ-ਘੱਟ 1100 2100 3100 5100 ਜਿੰਨੀ ਆਪਣੀ ਵਿੱਤਾ ਉਹਨਾ ਪੈਸੇ ਰੱਖ ਕੇ ਤੇ ਕੁੜੀ ਨੂੰ ਦਿਓ ਅੱਜ ਕੁੜੀਆਂ ਦਾ ਪੂਜਨ ਦਾ ਦਿਨ ਹੁੰਦਾ ਕਿਉਂਕਿ ਅਸੀਂ ਆਪਣੀਆਂ ਤਾਂ ਕੁੜੀਆਂ ਦਾ ਕਰਦੇ ਆ ਬੇਅਦਵੀ ਕਰਦੇ ਆ ਹੂੰ ਕੁੜੀਆਂ ਦੀ ਪ੍ਰਵਾਣੀ ਕਰਦੇ ਤੇ ਲక్ష్ਮੀ ਦੀ ਪੂਜਾ ਕਰਦੇ ਆ ਤੇ ਜਿਹੜੀ ਸਾਡੀ ਲక్ష్ਮੀਆਂ ਉਹਦੀ ਅਸੀਂ ਪ੍ਰਵਾਣੀ ਕਰਦੇ ਦੂਜੀ ਗੱਲ ਭੂਆ ਦੀ ਕੁੜੀ ਭੈਣ ਦੀ ਕੁੜੀ ਆਹ ਦੋ ਕੁੜੀਆਂ ਨੂੰ ਸੂਟ ਦਿੱਤੇ ਜਾਂਦੇ ਨੇ দান ਦਿੱਤਾ ਜਾਂਦਾ ਇਸ দান ਕਰਨ ਦੇ ਨਾਲ ਜਿਹੜਾ ਬੁੱਧ ગ્રਹ ਆ ਉਹ ਬਹੁਤ ਉੱਚਾ ਹੋ ਜਾਂਦਾ ਠੀਕ ਹੈ ਉਹਦਾ ਬਿਜ਼ਨਸ ਉਹਦਾ ਕੰਮਕਾਰ ਵਧੂਗਾ ਹਮਮ ਔਰ ਉਹਦੀ ਜਿਹੜਾ ਕਹਿੰਦੇ ਜੇ ਅਸੀਂ ਨਿੱਕ ਮਾਈ ਮਿਲਦੇ ਲੱਖ ਡੇਢ ਲੱਖ ਵੀ ਤਨਖਾਹ ਸਾਨੂੰ ਆਉਂਦੀ ਆ ਮਹੀਨੇ ਮਗਰੋਂ ਪੈਸਾ ਕੋਈ ਨਹੀਂ ਬਚਦਾ ਇਹ ਪੁੰਨ ਦਾਨ ਕਰਨ ਦੇ ਨਾਲ ਪੈਸਾ ਬਚਣਾ ਸ਼ੁਰੂ ਹੋ ਜਾਂਦਾ ਅੱਛਾ ਜਿਵੇਂ ਤੁਹਾਨੂੰ ਦੀ ਪ੍ਰਾਪਤੀ ਲਈ ਸਹੀ ਇਹ ਇਹ ਤੁਹਾਨੂੰ ਦੀ ਪ੍ਰਾਪਤੀ ਵਾਸਤੇ ਬਹੁਤ ਵਧੀਆ ਉਪਾਅ ਆ ਕਿਉਂਕਿ ਬੁੱਧ ਨੇ ਤੁਹਾਨੂੰ ਠਹਿਰਾਓ ਦੇਣਾ ਹੁੰਦਾ ਹੂੰ ਬੁੱਧ ਨੇ ਬਿਜ਼ਨਸ ਕਰਨਾ ਹੁੰਦਾ ਬੁੱਧ ਨੇ ਨੌਕਰੀ ਪੇਸ਼ਾ ਵਪਾਰ ਕਾਰੋਬਾਰ ਕੰਮਕਾਰ ਦੇ ਵਿੱਚ ਮਦਦ ਕਰਨੀ ਹੁੰਦੀ ਆ ਤੇ ਇਹਨਾਂ ਦੋ ਥਾਵਾਂ ਤੋਂ ਬੁੱਧ ਜਿਹੜਾ ਹੈਗਾ ਉਹ ਸਾਡਾ ਸਟਰੋਂਗ ਹੁੰਦਾ ਭੈਣ ਦੀ ਕੁੜੀ ਨੂੰ ਪੂਆ ਦੀ ਕੁੜੀ ਨੂੰ ਹੂੰ ਸੂਟ ਦੇਣਾ ਮਠਿਆਈ ਦੇਣੀ ਪੈਸੇ ਦੇਣੇ ਕੱਪੜੇ ਦੇਣੇ ਤੇ ਉਹ ਵੀ ਖੁਸ਼ੀ ਨਾਲ ਲੈ ਲਵੇ ਠੀਕ ਹੈ ਤਾਂ ਸਾਡੇ ਬਿਜ਼ਨਸ ਵਿੱਚ ਸਾਡੇ ਪੈਸੇ 'ਚ ਬਰਕਤ ਪਾਏਗੀ ਪਾਏਗੀ 100% ਠੀਕ ਹੈ ਹਾਂਜੀ ਤੇ ਇੱਕ ਭਾਈ ਸਭ ਆਪਾਂ ਨਾ ਇਹ ਦੱਸੋ ਵੀ ਜਿਸ ਤਰ੍ਹਾਂ ਆਪਾਂ ਆਮ ਦੇਖਿਆ ਦਿਵਾਲੀ ਦੇ ਦਿਨਾਂ ਦੇ ਵਿੱਚ ਸੰਗਤ ਆ ਜਿਹੜੀ ਉਹ ਕਈ ਤਰ੍ਹਾਂ ਦੀ ਪਖੰਡਾ ਦੇ ਵਿੱਚ ਜੁੜੀ ਹੋਈ ਆ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਦਿਵਾਲੀ ਦੇ ਰਾਤ ਦਾ ਟਾਈਮ ਜਦੋਂ ਹੋ ਜਾਂਦਾ ਦੀਵੇ ਕਿੰਨੇ ਵੀ ਜਗਾਉਣੇ ਚਾਹੀਦੇ ਨੇ ਕਿੰਨੇ ਦੀਵੇ ਜਾਂ ਆਪਾਂ ਕਈ ਸਾਮਤਿ ਦੇਖਦੇ ਆ ਇਹ ਜੀ ਵੀਡੀਓ ਵੀ ਆਉਂਦੀ ਹੈ ਤਿੰਨ ਤਿੰਨ ਜਗ੍ਹਾ ਦੇ ਉੱਪਰ ਦੀਵੇ ਲਾਉ ਘਰ ਦੇ ਵਿੱਚ ਸੁੱਖ ਸ਼ਾਂਤੀ ਮਿਲੂਗੀ ਕੁਛ ਇਦਾਂ ਦਾ ਹੈ ਇਸ ਚੀਜ਼ ਨਾਲ ਹਾਂ ਦੇਖੋ ਦੀਵੇ ਤਾਂ ਘਰ ਦੇ ਵਿੱਚ ਇਹਦਾ ਟਾਈਮਿੰਗ ਕਿੰਨੇ ਵਜੇ ਆ ਹਾਂ ਹੁਣ ਟਾਈਮਿੰਗ ਇਹ ਵੀ ਜਿਵੇਂ 31 ਤਰੀਕ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਰਹੀ ਆ ਤੇ ਹੁਣ ਆਪਾਂ 10 ਵਜੇ ਤਾਂ ਦੀਵੇ ਨਹੀਂ ਲਾਵਾਂਗੇ ਹੂੰ ਦੀਵੇ ਤਾਂ ਰਾਤ ਨੂੰ ਲਾਵਾਂਗੇ ਨੇਰੇ ਹੋਏ ਹਾਂਜੀ ਤੇ ਉਹਨਾਂ ਦੀਵਿਆਂ ਦੀਆਂ ਕਈ ਗੱਲਾਂ ਨੇ ਇਹਦੇ ਵਿੱਚ ਸਾਡੇ ਜ਼ਿਆਦਾਤਰ ਪਿੱਤਰ ਪੂਜਾ ਆਉਂਦੀ ਆ ਹੂੰ ਆਮ ਤੌਰ ਤੇ ਦੇਖਿਆ ਹੁੰਦਾ ਵੀ ਗੇਟ ਦੇ ਦੋਨੇ ਪਾਸੇ ਚਾਰ ਮੂੰਹਾਂ ਵਾਲਾ ਦੀਵਾ ਜਗਾਇਆ ਹੁੰਦਾ ਹਾਂਜੀ ਉਹ ਜਿਹੜਾ ਚਾਰ ਮੂੰਹ ਵਾਲਾ ਦੀਵਾ ਸਰੋ ਦੇ ਤੇਲ ਦਾ ਜਗਾਇਆ ਹੁੰਦਾ ਉਹ ਸਾਡੇ ਪਿਤਰਾਂ ਦਾ ਹੁੰਦਾ ਅੱਛਾ ਸਾਡੇ ਪਿਤਰ ਸਾਡੇ ਗੇਟ ਤੇ ਬੈਠਦੇ ਨੇ ਪਹਿਰਾ ਦਿੰਦੇ ਨੇ ਸਾਡੀ ਰੱਖਿਆ ਕਰਦੇ ਨੇ ਵੀ ਇਹ ਬੰਦਾ ਕਿੱਥੇ ਚੱਲਿਆ ਬੰਦਾ ਕਿੱਥੋਂ ਆਇਆ ਅਗਰ ਆਇਆ ਤਾਂ ਇਹਦੇ ਨਾਲ ਨੈਗੇਟਿਵ ਚੀਜ਼ਾਂ ਆਈਆਂ ਨੇ ਤਾਂ ਉਹਨਾਂ ਨੂੰ ਗੇਟ ਤੋਂ ਹੀ ਉਹ ਮੋੜ ਦਿੰਦੇ ਨੇ ਅੰਦਰ ਨਹੀਂ ਬੜਨ ਦਿੰਦੇ ਕਿਉਂਕਿ ਪਿਤਰਾਂ ਦੇ ਵਿੱਚ ਬੜੀ ਵੱਡੀ ਪਾਵਰ ਹੁੰਦੀ ਆ ਕੋਈ ਮੰਨੇ ਚਾਹੇ ਨਾ ਮੰਨੇ ਪਿਤਰਾਂ ਚ ਬੜੀ ਵੱਡੀ ਪਾਵਰ ਹੁੰਦੀ ਆ ਇਹ ਜਿਹਨੂੰ ਚਾਹਣ ਵੱਡੇ ਤੋਂ ਵੱਡੇ ਦੇਵਤੇ ਨੇ ਵੀ ਅੰਦਰ ਆਉਣ ਤੋਂ ਰੋਕ ਦਿੰਦੇ ਨੇ ਭੂਤ ਪ੍ਰੇਤ ਜਿੰਨ ਚੜੇਲ ਨੂੰ ਗੇਟ ਤੋਂ ਹੀ ਰੋਕ ਦਿੰਦੇ ਨੇ ਜਿਹਦੇ ਪਿਤਰ ਸਟਰੋਂਗ ਆ ਪਿਤਰਾਂ ਦੀ ਉਹ ਮਾਨਤਾ ਕਰਦਾ ਪਿਤਰਾਂ ਦੇ ਨਾਮ ਦਾ ਪੁੰਨਦਾਨ ਕਰਦਾ ਕੋਈ ਜ਼ਰੂਰੀ ਇਹ ਨਹੀਂ ਹੁੰਦਾ ਵੀ ਸ਼ਰਾਧਾ ਦੇ ਵਿੱਚ ਹੀ ਪਿਤਰਾਂ ਦੀ ਪੂਜਾ ਕਰਨੀ ਆ ਜਾਂ ਮੱਛਿਆ ਨੂੰ ਪਿਤਰਾਂ ਦੀ ਪੂਜਾ ਕਰਨੀ ਆ ਨਹੀਂ ਪਿੱਤਰਾਂ ਦੇ ਵਾਸਤੇ ਤੁਸੀਂ ਕਦੇ ਵੀ ਪੁੰਨ ਦਾਨ ਕਰ ਸਕਦੇ ਹੋ ਉਹਨਾਂ ਦੇ ਨਾਂ ਤੇ ਉਹਦੇ ਉਹਨਾਂ ਦਾ ਪੁੰਨ ਦਾਨ ਫਲੀਫੂਤ ਹੋਣਾ ਸ਼ੁਰੂ ਹੋ ਜੂਗਾ ਠੀਕ ਹੈ ਜੀ ਤੇ ਦੀਵਿਆਂ ਦੀ ਜਿਹੜੀ ਗੱਲ ਹੈਗੀ ਆ ਜਵਾਲੀ ਦੇ ਵਿੱਚ ਜ਼ਿਆਦਾਤਰ ਨੌ ਦੁਰਗਾ ਚੱਲਦੀਆਂ ਨੇ ਜਿੱਥੇ ਆਰਤੀ ਕਰਦੇ ਆ ਪੂਜਾ ਕਰਦੇ ਆ ਅਸੀਂ ਜਿੱਥੇ ਘਰ ਦੇ ਵਿੱਚ ਆਪਾਂ ਜਗਾ ਕੇ ਮੱਥਾ ਟੇਕਦੇ ਆ ਉੱਥੇ ਨੌ ਦੀਵੇ ਦੁਰਗਾ ਦੇ ਲక్ష్ਮੀ ਦੇ ਜਗਾਇਆ ਜਾਂਦੇ ਨੇ ਉਹ ਨੌ ਦੀਵੇ ਫਿਰ ਕਿਤੇ ਰੱਖੇ ਨਹੀਂ ਜਾਂਦੇ ਘਰ ਦੇ ਵਿੱਚ ਹੀ ਰਹਿਣਗੇ ਉਹ ਉੱਥੇ ਸਮਾਪਤੀ ਹੋਊਗੀ ਉਹਨਾਂ ਦੀ ਜਿਹੜੀ ਬਾਕੀ ਦੀਵੇ ਨੇ ਹੂੰ ਬਨੇਰਿਆਂ ਦੇ ਉੱਤੇ ਰੱਖਣੇ ਹਾਂਜੀ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਨੇ ਉਹ ਦੀਵਿਆਂ ਦਾ ਤੇਲ ਚਟਕੇ ਦੀਵਿਆਂ ਦਾ ਤੇਲ ਪ੍ਰਾਪਤ ਕਰਕੇ ਉਹ ਬਨੇਰਿਆਂ ਤੋਂ ਹੀ ਬਾਰੋ-ਬਾਰ ਵਾਪਸ ਮੁੜ ਜਾਂਦੇ ਨੇ ਅੱਛਾ ਇਹ ਅੱਛਾ ਜੀ ਕੋਈ ਵੀ ਨੈਗੇਟਿਵ ਚੀਜ਼ ਆ ਠੀਕ ਜੀ ਜਿਵੇਂ ਸਾਡੇ ਆਪਣੇ ਕੋਈ ਵੱਡੇ-ਵੱਡੇ ਰੇ ਜਾਂ ਪਰਵਾਰਾਂ ਚੋਂ ਮਰੇ ਹੋਏ ਨੇ ਕੋਈ ਭੈਣ ਕੋਈ ਭਰਾ ਕੋਈ ਬੱਚਾ ਕੋਈ ਮਰੇ ਹੋਏ ਨੇ ਨਾ ਉਹ ਫਿਰ ਆਪਣੇ ਘਰ ਨੂੰ ਆਉਂਦੇ ਨੇ ਫਿਰ ਉਹ ਉਹਨਾਂ ਦੀਵਿਆਂ ਤੋਂ ਹੀ ਪ੍ਰਾਪਤੀ ਕਰਕੇ ਵਾਪਸ ਮੁੜ ਜਾਂਦੇ ਨੇ ਇਸ ਕਰਕੇ ਸਾਰੇ ਬਨੇਰਿਆਂ ਤੇ ਦੀਵੇ ਦੀਵਾਲੀ ਨੂੰ ਲਾਏ ਜਾਂਦੇ ਨੇ ਇਹ ਇੱਕ ਪ੍ਰਬਧਾਨ ਹੈ ਦੀਵਾਲੀ ਦਾ ਅੱਛਾ ਤੇ ਵੀ 네ਗੇਟਿਵ ਚੀਜ਼ਾਂ ਨੇ ਸਾਡੇ ਅੰਦਰ ਨਾ ਪ੍ਰਵੇਸ਼ ਕਰਨ ਉਹ ਦੀਵੇ ਇੱਥੋਂ ਛੱਟ ਕੇ ਦੀਵੇ ਪ੍ਰਾਪਤ ਕਰਕੇ ਚਲੇ ਜਾਣ ਇਹ ਹੁੰਦਾ ਤੇ ਜਿੰਨੀ ਤੁਸੀਂ ਜਿਸ ਤਰ੍ਹਾਂ 네ਗੇਟਿਵ એનર્ਜੀ ਦੀ ਗੱਲ ਕੀਤੀ ਆ ਇਹ 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 ਇਹਨਾਂ ਦਿਨਾਂ ਨੂੰ ਕਿਉਂ ਟਾਰਗੇਟ ਕਰਦੇ ਨੇ ਵੀ ਕੁਦਰਤ ਦਾ ਇੱਕ ਵਿਧਾਨ ਮੰਨਿਆ ਜਾਂਦਾ ਹਾਂਜੀ ਹਿੰਦੂ ਮਤ ਅਨੁਸਾਰ ਵੀ ਦੀਵਾਲੀ ਵਾਲੇ ਦਿਨ ਜਿੰਨੇ ਭੂਤ ਪ੍ਰੇਤ ਜਿੰਨ ਛੱਡੇ ਨੇ ਸਾਰੇ ਘੁੰਮਦੇ ਫਿਰਦੇ ਨੇ ਆਕਾਸ਼ ਦੇ ਵਿੱਚ ਅੱਛਾ ਜੀ ਸਭ ਨੂੰ ਛੁੱਟੀ ਹੁੰਦੀ ਦੀਵਾਲੀ ਵਾਲੇ ਦਿਨ ਦੀਵਾਲੀ ਜਿਹੜੀ ਹੈਗੀ ਆ ਚਲੋ ਇਹ ਯੋਗ ਹੋ ਗਿਆ ਹੂੰ ਦੂਸਰੀ ਗੱਲ ਦੀਵਾਲੀ ਨੂੰ ਇਹ ਮੰਨਿਆ ਜਾਂਦਾ ਕਿ ਜਦੋਂ ਸਮੁੰਦਰ ਮੰਥਨ ਕੀਤਾ ਜੀ ਉਹਦੇ ਵਿੱਚੋਂ ਰੌਲਾ ਅਮਰ ਦਾ ਪਿਆ ਹੋਰ ਤਾਂ ਕਿਸੇ ਚੀਜ਼ ਦਾ ਪਿਆ ਹੀ ਨਹੀਂ ਹੈਗਾ ਸ਼ਰਾਬ ਦਾ ਰੌਲਾ ਪਿਆ ਜਾਂ ਅਮਰ ਦਾ ਰੌਲਾ ਪਿਆ ਦੋ ਚੀਜ਼ਾਂ ਦਾ ਪਿਆ ਤੇ ਉਸ ਵੇਲੇ ਉਹ ਸਮੁੰਦਰ ਰਿੜਕਨ ਦੇ ਨਾਲ 14 ਰਤਨ ਨਿਕਲੇ ਤੇ 14 ਰਤਨਾਂ ਦੇ ਵਿੱਚ ਲక్ష్ਮੀ ਵੀ ਸੀ ਚੰਦਰਮਾ ਵੀ ਨਿਕਲਿਆ ਸ਼ੰਖ ਨਿਕਲਿਆ ਜ਼ਹਿਰ ਵੀ ਨਿਕਲੀ ਆ ਹੋਰ ਕਈ ਚੀਜ਼ਾਂ ਨਿਕਲੀਆਂ ਨੇ ਤਨੰਤਰ ਵੈਦ ਨਿਕਲਿਆ ਦਵਾਈਆਂ ਵਾਲਾ ਅ ਹੋਰ ਇਸ ਤਰ੍ਹਾਂ ਕਈ ਚੀਜ਼ਾਂ ਨਿਕਲੀਆਂ ਹੁਣ ਮੈਨੂੰ ਸਾਰੀਆਂ ਯਾਦ ਨਹੀਂ ਸਾਨੂੰ ਦੌਰਿਆਂ ਦੇ ਵਿੱਚ ਯਾਦ ਹੁੰਦੀਆਂ ਸੀ ਤੇ ਕਥਾ ਕਰਨੀ ਛੱਡ ਛੁੱਡ ਦਿੱਤੀ ਆ ਕਥਾ ਦੀ ਵੈਲਿਊ ਨਹੀਂ ਰਹੀ ਕਥਾਵਾਚਕਾਂ ਦੀ ਵੈਲਿਊ ਨਹੀਂ ਰਹੀ ਇਸ ਕਰਕੇ ਹੁਣ ਆਪਾਂ ਕਥਾ ਵਾਲੇ ਪਾਸੇ ਜਾਂਦੇ ਨਹੀਂ ਯਾਦ ਨਹੀਂ ਰਹੀਆਂ ਭੁੱਲ ਗਿਓ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮੁੰਦਰ ਦੇ ਵਿੱਚੋਂ ਨਿਕਲੀਆਂ ਲక్ష్ਮੀ ਸਮੁੰਦਰ ਦੇ ਵਿੱਚੋਂ ਨਿਕਲੀ ਜਿਸ ਨੂੰ ਵਿਸ਼ਨੂੰ ਨੇ ਵਰ ਲਿਆ ਵਿਸ਼ਨੂੰ ਨੇ ਵਿਆਹ ਕਰਾ ਲਿਆ ਤੇ ਇਹ ਕਹਿ ਲੋ ਵੀ ਅੱਜ ਦੇ ਦਿਨ ਵਿਸ਼ਨੂੰ ਦਾ ਲక్ష్ਮੀ ਦੇ ਨਾਲ ਵਿਆਹ ਹੋਇਆ ਸੀ ਅੱਛਾ ਜੀ ਉਹਦੀ ਵੀ ਖੁਸ਼ੀ ਮਨਾਈ ਜਾਂਦੀ ਆ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਤੇ ਹੋਰ ਬਹੁਤ ਕੁਝ ਹੁੰਦਾ ਜੋ ਕੁਝ ਹੁੰਦਾ ਹੁੰਦਾ ਸੀ ਉਹ ਤਾਂ ਬੰਦ ਹੋ ਗਿਆ ਹੁਣ ਹੌਲੀ ਹੌਲੀ ਮਠਿਆਈਆਂ ਵੀ ਬੰਦ ਹੋ ਰਹੀਆਂ ਨੇ ਮਠਿਆਈਆਂ ਦੇਣ ਦੇ ਦੋ ਕਾਰਨ ਨੇ ਇੱਕ ਤਾਂ ਮਠਿਆਈਆਂ ਦੇ ਉੱਤੇ ਜਾਦੂ ਟੁਨੇ ਹੋਣ ਲੱਗ ਪਏ ਦੂਜਾ ਮਠਿਆਈਆਂ ਨਕਲੀ ਬਣਨ ਲੱਗ ਪਈਆਂ ਜੋ ਨੁਕਸਾਨ ਕਰਦੀਆਂ ਨੇ ਲੋਕਾਂ ਨੇ ਲੈਣੀਆਂ ਹੀ ਬੰਦ ਕਰਤੀਆਂ ਤੇ ਲੋਕਾਂ ਨੇ ਦੇਣੀਆਂ ਵੀ ਬੰਦ ਕਰਤੀਆਂ ਈਵਨ ਗੁਰਦੁਆਰਿਆਂ ਦੇ ਵਿੱਚ ਵੀ ਪ੍ਰਸ਼ਾਦ ਲੈਣਾ ਤੇ ਦੇਣਾ ਇਹ ਵੀ ਬੰਦ ਹੋ ਗਿਆ ਨਹੀਂ ਅਗਲਾ ਦੇਖ ਕਰਾਉਂਦਾ ਸੀ ਤੇ ਥੋੜੀ 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 ਸਾਰਿਆਂ ਨੂੰ ਵੰਡਦਾ ਸੀ ਸਾਰੇ ਲੋਕ ਲੈਂਦੇ ਸੀ ਦੇਖ ਸੀ ਹਾਂਜੀ ਪਰ ਅੱਜ ਕੰਨੀ ਲੈਂਦੇ ਕੋਈ ਲੈਂਦੇ ਸੀ ਹਾਂ ਵੀ ਜਿਵੇਂ ਕਿਸੇ ਨੂੰ ਸਰੀਰਕ ਤਕਲੀਫ ਆ ਉਹਨੇ ਦੇਗ ਕਰਾਈ ਤੇ ਉਹ ਦੇਗ ਥੋੜੀ ਥੋੜੀ ਬਣਦੀ ਲੋਕਾਂ ਚ ਹਮਦਰਦੀ ਹੁੰਦੀ ਸੀ ਚੱਲ ਯਾਰੇ ਇਹਦੀ ਦੇਗ ਆਪਾਂ ਲੈ ਲੈਨੇ ਆ ਤੇ ਇਹਦਾ ਕਸ਼ਟ ਟਲ ਜਾਊਗਾ ਸਾਡੇ ਮਾੜਾ ਮੋਟਾ ਫੋੜਾ ਫੰਸੀ ਹੋ ਕੇ ਹਟ ਜਾਊਗਾ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਦੀ ਜਾਨ ਬਚ ਜੂਗੀ ਪਰ ਅੱਜ ਅਸੀਂ ਦੇਗ ਨਹੀਂ ਲੈਣੀ ਕਿਸੇ ਦੇ ਹੱਥੋਂ ਤੂੰ ਮਰਦਾ ਮਰ ਤੂੰ ਬਚਦਾ ਬਚ ਤੇਰੀ ਕਿਸਮਤ ਆ ਭਰਾ ਅਸੀਂ ਤੇਰਾ ਭਾਰ ਨਹੀਂ ਚੁੱਕ ਸਕਦੇ ਮੈਂ ਇਤੋਕ ਵੀ ਦੇਖਿਆ ਵੀ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਜਾਂ ਖੰਡ ਪੜਦੇ ਭੋਗ ਦੇ ਉੱਤੇ ਪ੍ਰਸ਼ਾਦ ਵਰਤਉਂਦੇ ਆ ਪੰਜ ਪਿਆਰਿਆਂ ਦਾ ਜਿਹੜਾ ਹਿੱਸਾ ਨਾ ਉਹ ਪੰਜਾਂ ਸਿੰਘਾਂ ਨੂੰ ਦੇ ਦਿੰਦੇ ਹੁੰਦੇ ਸੀ ਪੰਜਾਂ ਦਾ ਕੱਢ ਕੇ ਪਰ ਅੱਜ ਕੋਈ ਵੀ ਲੈ ਕੇ ਰਾਜੀ ਨਹੀਂ ਹੈਗਾ ਕਈ ਤਾਂ ਕਹਿੰਦੇ ਨਾ ਭਈ ਅਸੀਂ ਨਹੀਂ ਲੈ ਸਕਦੇ ਸਾਡੇ ਚ ਇਨੀ ਕਿੱਥੇ ਪਾਵਰ ਇਨੀ ਕਮਾਈ ਕਿੱਥੇ ਅਸੀਂ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਲੈ ਲਈਏ ਇਹ ਦੋ ਗੱਲਾਂ ਨੇ ਵੀ ਇੱਕ ਸਿੱਖ ਕੌਮ ਕਹਿੰਦੇ ਵਹਿਮ ਭਰਮ ਨਹੀਂ ਕਰਦੀ ਵੀ ਗੁਰੂ ਨੇ ਵਹਿਮ ਭਰਮਾਂ ਤੋਂ ਕੱਢ ਦਿੱਤਾ ਪਰ ਜਿੰਨਾ ਵਹਿਮ ਤੇ ਭਰਮ ਸਿੱਖ ਕੌਮ ਦੇ ਵਿੱਚ ਦੇਖਣ ਨੂੰ ਮਿਲਿਆ ਐਨਾ ਕਿਸੇ ਕੌਮ ਦੇ ਵਿੱਚ ਨਹੀਂ ਮਿਲਿਆ ਹਮ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚੋਂ ਫੋਨ ਆਉਂਦੇ ਨੇ ਮੈਨੂੰ ਕਈਆਂ ਨੇ ਤਿੰਨ ਤਿੰਨ ਚਿਰਾਗ ਲਾਏ ਨੇ ਕਈਆਂ ਨੇ ਪੰਜ ਪੰਜ ਚਿਰਾਗ ਲਾਏ ਨੇ ਉਹ ਜਿੱਥੇ ਐਡਾ ਵੱਡਾ ਹਰਿਮੰਦਰ ਸਾਹਿਬ ਤੁਹਾਡੇ ਕੋਲ ਤੁਹਾਨੂੰ ਹਰਮੰਦਰ ਸਾਹਿਬ ਤੋਂ ਕੁਝ ਨਹੀਂ ਮਿਲਿਆ ਤੇ ਇਹ ਚਿਰਾਗ ਲਾਉਣ ਵਾਲੇ ਪ੍ਰੇਤ ਆ ਜਿਹੜੇ ਇਹ ਤੁਹਾਡਾ ਪਰ ਉਤਾਰਾ ਕਰ ਦੇਣਗੇ ਮੈਂ ਪਤਾ ਨਹੀਂ ਕਿੰਨੇ ਲੋਕਾਂ ਦੇ ਚਿਰਾਗ ਜਿਹੜੇ ਆ ਘਰਾਂ ਚੋਂ ਬੰਦ ਕਰਾਏ ਨੇ ਚੁਕਾਏ ਨੇ ਇਹ ਜ਼ਿਆਦਾਤਰ ਹੈ ਵੀ ਉਹ ਮਾਝੇ ਰੀਚ ਜਿਆਦਾ ਮਾਝੇ ਏਰੀਆ ਚ ਹਾਂ ਮਾਝੇ ਦੀ ਸੰਗਤ ਬਹੁਤ ਬੁਰੀ ਤਰ੍ਹਾਂ ਫਸੀ ਹੋਈ ਆ ਇਸ ਸੰਕਟ ਦੇ ਵਿੱਚ ਫਸਾਈ ਕਿੰਨੇ ਆ ਸਾਡੇ ਕਥਾਵਾਚਕਾਂ ਨੇ ਸਾਡੇ ਪ੍ਰਚਾਰਕਾਂ ਨੇ ਅੱਛਾ ਜੀ ਉਹ ਕਿਸ ਤਰ੍ਹਾਂ ਆਪ ਨੂੰ ਅਕਲ ਦੀ ਇਹਨਾਂ ਨੂੰ ਆਪਣੀ ਕਮਾਈ ਨਹੀਂ ਹੈਗੀ ਕਥਾ ਕਰਕੇ ਚਲਾ ਗਿਆ ਦੱਸ ਕੇ ਚਲਾ ਗਿਆ ਕੋਈ ਬੰਦਾ ਵੀ ਐ ਨਹੀਂ ਕਰਨਾ ਚਾਹੀਦਾ ਐ ਨਹੀਂ ਕਰਨਾ ਚਾਹੀਦਾ ਲੋਕ ਜਦੋਂ ਦੁੱਖ ਦੇ ਵਿੱਚ ਆਉਂਦੇ ਨੇ ਕਿਸੇ ਕਥਾਵਾਚਕ ਦੀ ਕੋਈ ਗਾਰੰਟੀ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਵੀ ਭਾਈ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਆਵੇ ਤਾਂ ਮੈਨੂੰ ਦੱਸਿਓ ਮੈਂ ਤੁਹਾਡੀ ਅਰਦਾਸ ਬੇਨਤੀ ਕਰੂੰਗਾ ਕੀ ਕਰਦੇ ਨੇ ਕੋਈ ਨਹੀਂ ਭਾਈ ਮਹਾਰਾਜ ਜੀ ਅਰਦਾਸ ਕਰੋ ਮਹਾਰਾਜ ਨੇ ਕਰਨਾ ਜਿਹੜਾ ਕੁਝ ਕਰਨਾ ਬਿੱਤ ਤੁਸੀਂ 2 ਘੰਟੇ ਸਾਡੇ ਕੋਲ ਮੱਥਾ ਮਾਰ ਕੇ ਆਇਓ ਸਾਨੂੰ ਗੁੰਮਰਾਹ ਕਰਕੇ ਆਇਓ ਤੇ ਹੁਣ ਕਹਿੰਦੇ ਤੁਸੀਂ ਵੀ ਮਾਰਦੇ ਅਗੇ ਅਰਦਾਸ ਕਰੋ ਤੁਹਾਡੀ ਕੀ ਜ਼ਿੰਮੇਵਾਰੀ ਆ ਸਿਰਫ ਸਾਨੂੰ ਊਟ ਪਟੰਗ ਗੱਲਾਂ ਸੁਣਾਉਣੀਆਂ ਸਰੋਪੇ ਲੈਣੇ ਪੈਸੇ ਲੈਣੇ ਤੇ ਆਪਣੇ ਘਰ ਨੂੰ ਜਾਣਾ ਸਿੱਖ ਸੰਗਤ ਜਿੰਨੀ ਦੁਖੀ ਆ ਮਾਝੇ ਮਝੈਲ ਜਿੰਨੇ ਨੇ ਜਾਂ ਮਾਝ ਦਾ ਇਲਾਕਾ ਕਹ ਲੋ ਗਰਦਾਸਪੁਰ ਅੰਮ੍ਰitsar ਜਿਆਦਾਤਰ ਅੱਜ ਵੀ ਕਈਆਂ ਦੇ ਘਰੇ ਚਿਰਾਗ ਜਗ ਰਹੇ ਆ ਔਰ ਮੈਨੂੰ ਕਿੰਨੇ ਫੋਨ ਆ ਰਹੇ ਨੇ ਮੈਂ ਉਹਨਾਂ ਨੂੰ ਹੁਣ ਟਾਲਾ ਕਰ ਰਿਹਾ ਵੀ ਮੈਂ ਇੱਕ ਤਰੀਕ ਤੋਂ ਬਾਅਦ ਆਉਂਗਾ ਲੋਕੀ ਚਿਰਾਗਾ ਤੋਂ ਐਨੇ ਡਰੇ ਹੋਏ ਨੇ ਵੀ ਜੇ ਚਿਰਾਗ ਚੱਕਤੇ ਤੇ ਪਤਾ ਨਹੀਂ ਕੀ ਬੰਬ ਫਟ ਜਾਣਾ ਸਾਡੇ ਘਰ ਔਰ ਮੈਂ ਕਿੰਨੇ ਲੋਕਾਂ ਦੇ ਚਿਰਾਗ ਚੁਕਾ ਕੇ ਆਇਆ ਮੈਂ ਹਲਿਆ ਮੇਰੇ ਤੇ ਬੰਬ ਚੱਲਣ ਦੇ ਜਿਹੜਾ ਚੱਲਦਾ ਲਿਆ ਕਿਹੜਾ ਪੀਰ ਆ ਤੁਹਾਡਾ ਨੌ ਗਜੀਆਂ ਪੀਰ ਆ ਕਿ ਲਾਲਾਂ ਵਾਲਾ ਕਿ ਜਿਹੜਾ ਵੀ ਹੈਗਾ ਖਵਾਦਾ ਵੀ ਆ ਖਵਾਜੇ ਨਵੀਂ ਆਪਾਂ ਟੱਕਰ ਲੈ ਲੈਨੇ ਆ। ਖਵਾਜੇ ਦੇ ਵੀ ਲਾਏ ਹੋਨੇ ਲੋਕਾਂ ਨੇ ਚਰਾਗ। ਉਹ ਵੀ ਚੁਕਾਤੇ। ਆਹ ਜਿਹੜਾ ਹੈਗਾ ਇੱਕ ਨਗਾਹੇ ਵਾਲਾ। ਨਗਾਹੇ ਵਾਲਾ ਪੀਰ। ਪੰਜ ਚਰਾਗ ਉਹਨਾਂ ਨੇ ਲਾਏ ਹੋਏ ਘਰੇ। ਪੰਜ ਦੇ ਪੰਜ ਚੁਕਾ ਕੇ ਸਿੱਟ ਕੇ ਆ ਮੈਂ। ਸਭ ਕੁਝ ਨਹਿਰ ਚ। ਤੋਂ ਇਸ ਤਰ੍ਹਾਂ ਲੋਕ ਫਸੇ ਪਏ ਨੇ ਇੱਕ ਕਥਾਵਾਚਕਾਂ ਦੀ ਜ਼ਿੰਮੇਵਾਰੀ ਬਣਦੀ ਆ। ਪ੍ਰਚਾਰਕਾਂ ਦੀ ਬਣਦੀ ਆ। ਪਹਿਲਾਂ ਮਸੰਦ ਹੁੰਦੇ ਸੀ। ਮਸੰਦ ਦੀ ਥਾਂ ਦੇ ਉੱਤੇ ਹੁਣ ਇਹ ਸਾਡੇ ਕਥਾਵਾਚਕ ਪ੍ਰਚਾਰਕ ਆਏ ਨੇ। ਪਰ ਮਸੰਦਾਂ ਦੇ ਤਾਂ ਬੋਲ ਪੂਰੇ ਹੁੰਦੇ ਸੀ ਅੱਜ ਵੀ ਮਸੰਦ ਬਹੁਤ ਸਾਰੇ ਨੇ ਉਹਨਾਂ ਦੀ ਅਰਦਾਸ ਪੂਰੀ ਹੁੰਦੀ ਆ ਪਰ ਕਥਾਵੱਤ ਕੇ ਅਰਦਾਸ ਨਹੀਂ ਪੂਰੀ ਹੁੰਦੀ ਨਾ ਹੀ ਕਿਸੇ ਦੀ ਅਰਦਾਸ ਕਰਨ ਇਹ ਕਹਦੇ ਅਸੀਂ ਸਰ ਕਥਾ ਸੁਣ ਲਓ ਸਾਡੇ ਕੋਲ ਆ ਹੋਰ ਸਾਨੂੰ ਕੁਝ ਨਹੀਂ ਆਉਂਦਾ ਇਸ ਕਰਕੇ ਇਸ ਪ੍ਰਵਾ ਸਿੱਖ ਸੰਗਤ ਜਿਹੜੀ ਆ ਉਹ ਬੜੇ ਭੰਬਲ ਭੂਸੇ ਦੇ ਵਿੱਚ ਪਈ ਹੋਈ ਆ ਵੀ ਨਾ ਤਾਂ ਉਹ ਉਹ ਇਹ ਇਧਰ ਆ ਸਕਦੇ ਆ ਨਾ ਪੀਰਾਂਵਾਲ ਜਾ ਸਕਦੇ ਆ ਪੀਰਾਂਵਾਲ ਜਾਂਦੇ ਆ ਤਾਂ ਇਹ ਕਥਾਵਾਚਕ ਭੰਡੀਕੁੱਟ ਦੇ ਆ ਜੇ ਇਹਨਾਂ ਵੱਲ ਆਉਂਦੇ ਆ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਉਹਨਾਂ ਦੇ ਕੰਮ ਨਹੀਂ ਹੁੰਦੇ ਤੇ ਇਸ ਕਰਕੇ ਜਿਹੜੇ ਸਿੱਖ ਸੰਗਤ ਆ ਬੜੀ ਗੁੰਮਰਾ ਹੋਈ ਪਈ ਆ ਲੋਕ ਬਹੁਤ ਦੁਖੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਬੜੀ ਪ੍ਰੋਬਲਮ ਆ ਲੋਕਾਂ ਦੇ ਸੰਕਟ ਵੜੇ ਫਿਰਦੇ ਨੇ ਘਰਾਂ 'ਚ ਕੋਈ ਵਾਰੀ ਵਾਰਸ ਨਹੀਂ ਹੈਗਾ ਫਿਰ ਅਗਲੇ ਪੀਰਾਂਵਾਲ ਚਲੇ ਜਾਂਦੇ ਨੇ ਪੇਕੇ ਸੇ ਹੋਰ ਬਾਬੇ ਕੋ ਚਲੇ ਜਾਂਦੇ ਬੜੀ ਤਕਲੀਫ ਹੋਈ ਸੀ ਲੋਕਾਂ ਨੂੰ ਵੀ ਨਿੱਕੂ ਬਾਬਾ ਉਹ ਤ੍ਰਿੰਦਰ ਸ਼ਾਸਤਰੀ ਦੇ ਕੋਲ ਚਲਾ ਗਿਆ ਵੀ ਨਹੀਂ ਜਾਂਦਾ ਤੁਸੀਂ ਜਿਹੜਾ ਤ੍ਰਿੰਦਰ ਸ਼ਾਸਤਰੀ ਨੇ ਕੰਮ ਕੀਤਾ ਉਹ ਤੁਸੀਂ ਕਰ ਦਿਓ ਮੰਨੂ ਭਈਆ ਇੱਕ ਦਿੱਲੀ ਹੈਗਾ ਮੰਨੂ ਭਈਆ ਦੇ ਕੋਲ ਜਾਂਦੇ ਨੇ ਸਿੱਖ ਜਾਂਦੇ ਨੇ ਸਰਦਾਰ ਪੰਗਾਂ ਬਣੀਆਂ ਨੇ ਦੁੱਖ ਲੱਗਦਾ ਸਾਰਿਆਂ ਨੂੰ ਦੁੱਖ ਲੱਗਦਾ ਹਾਂ ਜਿਹੜਾ ਮੰਨੂ ਭਈਆ ਕੰਮ ਕਰਦਾ ਤੁਸੀਂ ਕਰ ਦਿਓ ਉਹ ਨਾ ਜਾਣ ਜੇ ਨਿੱਕੂ ਦਾ ਕੰਮ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਦਿਓ ਨਿੱਕੂ ਉਥੇ ਨਾ ਜਾਵੇ ਕਿਉਂਕਿ ਤੁਹਾਡੇ ਪੱਲੇ ਕੁਛ ਨਹੀਂ ਤੁਸੀਂ ਕਿਸੇ ਦਾ ਕੁਛ ਨਹੀਂ ਕਰ ਸਕਦੇ ਤਾਂ ਕਰਕੇ ਨਿੱਕੂ ਉੱਥੇ ਗਿਆ ਕਿਸੇ ਨੇ ਕਿਹਾ ਵੀ ਨਿੱਕੂ ਤੂੰ ਉੱਥੇ ਨਾ ਜਾ ਜੋ ਤੈਨੂੰ ਤ੍ਰਿੰਦਰ ਸ਼ਾਸਤਰੀ ਕਰਾਉਂਦਾ ਤੇਰਾ ਕੰਮ ਅਸੀਂ ਕਰਾਂਗੇ ਕੁਝ ਵੀ ਨਹੀਂ ਹੈਗਾ ਪਰ ਵਿੱਦਿਆ ਹੋਣੀ ਚਾਹੀਦੀ ਆ ਤਪ ਹੋਣਾ ਚਾਹੀਦਾ ਪਟਿਆਲੇ ਚ ਸੁਣਿਆ ਹੋਣਾ ਤੁਸੀਂ ਗਿਆਨੀ ਠਾਕੁਰ ਸਿੰਘ ਜੀ ਉਹਨਾਂ ਨੇ ਮੈਨੂੰ 3 ਸਾਲ ਭੋਰੇ ਚ ਬੰਦ ਕਰਕੇ ਬਿਲਕੁਲ ਬੰਦ ਕਰਕੇ ਲੋਕ ਲਾ ਕੇ ਬਾਹਰੋਂ ਤੇ ਮੈਨੂੰ ਲੰਗਰ ਪਾਣੀ ਦਾ ਪ੍ਰਬੰਧ ਦੇ ਕੇ ਵੀ ਤੇਰਾ ਸਾਰਾ ਕੁਝ ਅੰਦਰ ਮਿਲੂਗਾ ਬਾਹਰੇ ਤੋਂ ਬਾਹਰ ਨਹੀਂ ਆਉਣਾ ਤਿੰਨ ਸਾਲ ਮੈਂ ਉੱਥੇ ਰਿਹਾ ਮੈਨੂੰ ਉਹਨਾਂ ਨੇ ਬੰਦਗੀ ਕਰਾਈ ਆ ਤਾਂ ਮੈਂ ਇਸ ਲਾਈਨ ਦੇ ਉੱਤੇ ਚੱਲਿਆ ਜਿੱਡਾ ਮਰਜੀ ਕੋਈ ਭੂਤ ਪ੍ਰੇਤ ਜਨ ਚਰਲ ਮੈਂ ਸਾਰਿਆਂ ਨੂੰ ਹੱਥ ਪਾ ਲੈਣਾ ਅੱਛਾ ਆ ਜੋ ਜਿਹੜਾ ਹੁੰਦਾ ਪਰ ਕਹੇ ਬਾਬਾ ਜੀ ਆਪਾਂ ਪਹਿਲਾਂ ਵੀਡੀਓ ਚ ਦੇਖਿਆ ਸੀ ਤੁਹਾਡਾ ਮਜ਼ਾਕ ਵੀ ਬੜੇ ਬੜੇ ਨੇ ਉਡਾਇਆ ਸੀਗਾ ਉਹਨਾਂ ਨੂੰ ਕੀ ਮੇਰਾ ਮਜ਼ਾਕ ਦੇਖੋ ਮੁਸਲਮਾਨਾਂ ਨੇ ਨਹੀਂ ਉਡਾਇਆ ਹਿੰਦੂਆਂ ਨੇ ਕਿਸੇ ਨੇ ਨਹੀਂ ਉਡਾਇਆ ਪੰਡਤਾਂ ਨੇ ਜੋਤਿਸ਼ੀਆਂ ਨੇ ਨਹੀਂ ਉਡਾਇਆ ਜਿਹੜੇ ਸਾਡੇ ਸਿੱਖ ਲੋਕ ਨੇ ਉਹ ਉਡਾਉਂਦੇ ਨੇ ਤੇ ਮੈਂ ਸਾਰਿਆਂ ਨੂੰ ਚੈਲੰਜ ਕਰਦਾ ਵੀ ਜੇ ਸਿੱਖਾਂ ਦੇ ਵਿੱਚ ਇਹੋ ਜੀ ਪਾਵਰ ਹੈਗੀ ਆ ਜੇ ਕਿਸੇ ਦੇ ਵਿੱਚ ਤਾਂ ਉਹ ਦੇਖ ਲਵੇ ਕਰੇ ਸੰਗਤਾਂ ਦੇ ਕੰਮ ਮੈਂ ਨਹੀਂ ਕਹਿੰਦਾ ਮੇਰੇ ਨਾਲ ਟੱਕਰ ਲਵੇ ਜਾਂ ਮੈਂ ਉਹਨਾਂ ਨਾਲ ਟੱਕਰ ਲਵਾਂ ਨਾ ਸੰਗਤਾਂ ਦੇ ਕੰਮ ਕਰੇ ਅ ਮੀਡੀਆ ਦੇ ਵਿੱਚ ਆਵੇਂ ਆਪਣਾ ਫੋਨ ਨੰਬਰ ਦੇਵੇ ਆਪਣਾ ਐਡਰੈਸ ਦੇਵੇ ਕਿ ਭਾਈ ਸੰਗਤੋ ਜੇ ਕਿਸੇ ਨੂੰ ਤਕਲੀਫ ਆ ਕਿਸੇ ਨੂੰ ਕੋਈ ਭੂਤ ਪ੍ਰੇਦ ਦੀ ਆ ਜਾਂ ਕੋਈ ਗਲਬਾਤਾ ਸੰਕਟ ਆ ਕੋਈ ਗ੍ਰਹਿ ਤੰਗ ਕਰਦਾ ਤੇ ਮੇਰੇ ਕੋਲੇ ਆਜੋ ਦੇਵੇ ਕੋਈ ਨੰਬਰ ਤੇ ਕਰੇ ਕੰਮ ਸੰਗਤਾਂ ਦੇ ਤਾਂ ਤਾਂ ਸਵਾਦ ਆ ਮੇਰੇ ਤੇ ਕਮੈਂਟ ਕਰਨ ਦਾ ਠੀਕ ਹੈ ਕਿੰਤੂ ਪਰੰਤੂ ਤਾਂ ਜਿਹਦੇ ਤੇ ਮਰਜ਼ੀ ਕਰ ਲਈ ਛੱਡਦੇ ਨਹੀਂ ਹੈ ਮੋਦੀ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ ਲਾ ਕੇ ਲੋਕੀ ਪਤਾ ਨਹੀਂ ਕੀ ਕੀ ਕਰਦੇ ਨੇ ਵੱਡੇ ਵੱਡੇ ਲੀਡਰਾਂ ਨੂੰ ਨਹੀਂ ਛੱਡਦੇ ਤੇ ਸਾਡੇ ਵਰਗੇ ਨੂੰ ਕੀ ਛੱਡਣਾ ਇਹਨਾਂ ਨੇ ਸਾਨੂੰ ਤਾਂ ਲੱਭਦੇ ਰਹਿੰਦੇ ਨੇ ਕੋਈ ਬਾਬਾ ਨਿਕਲੇ ਬਾਹਰ ਤੇ ਪਰ ਮੈਂ ਇਹ ਦੱਸ ਦਵਾਂ ਵੀ ਬਾਬਾ ਨਹੀਂ ਹੈਗਾ ਮੈਂ ਮੈਂ ਭਰਾਵਾ ਆਪਣੇ ਘਰ ਰਹਿਣਾ ਆ ਆ ਕੈਮਰਾ ਘੁਮਾ ਕੇ ਮੜੇ ਦਾ ਘਰ ਦਿਖਾ ਦੇ ਵੀ ਮੇਰਾ ਵੀ ਮੈਂ ਘਰੇ ਬੈਠਾ ਠੀਕ ਹੈ ਠੀਕ ਹੈ ਮੈਂ ਕਿਸੇ ਡੇਰੇ 'ਚ ਨਹੀਂ ਬੈਠਾ ਮੈਂ ਕੋਈ ਡੇਰੇ ਦਾ ਮਹੰਤ ਨਹੀਂ ਹੈਗਾ ਮੈਂ ਡੇਰੇ ਦਾ ਕੋਈ ਸੰਤ ਨਹੀਂ ਹੈਗਾ ਮੈਂ ਆਪਣੇ ਘਰੇ ਆ ਆਪਣੇ ਬਾਲ ਬੱਚੇ ਦੇ ਵਿੱਚ ਆ ਹਾਂ ਜਿੰਨੀ ਕਿ ਸੰਗਤ ਆਉਂਦੀ ਆ ਉਹਨਾਂ ਦੇ ਕੰਮ ਜ਼ਰੂਰ ਕਰੀਦੇ ਨੇ ਠੀਕ ਹੈ ਠੀਕ ਆ ਇਹ ਗੱਲ ਆ ਤੇ ਕਮੈਂਟ ਕਰਨ ਵਾਲੇ ਜਿਹੜੇ ਬੰਦੇ ਨੇ ਭਾਈ ਉਹਦਾ ਉਡੀਕਦੇ ਰਹਿੰਦੇ ਨੇ ਵੀ ਆਇਆ ਕੋਈ ਨਵਾਂ ਬਾਬਾ ਹੂੰ ਕੱਢੋ ਗਾਲਾਂ ਇਹਨੂੰ ਆਇਆ ਕੋਈ ਬੰਦਾ ਕੱਢੋ ਗਾਲਾਂ ਪਹਿਲੀ ਗੱਲ ਵੀ ਮੈਂ ਬਾਬਾ ਨਹੀਂ ਹੈਗਾ ਹੂੰ ਨਾ ਮੈਂ ਸੰਤਾਂ ਨਾ ਮੈਂ ਗਿਆਨੀ ਆ ਮੈਂ ਇੱਕ ਆਮ ਬੰਦਾ ਆ ਠੀਕ ਆ ਮੈਨੂੰ ਮਹਾਂਪੁਰਖਾਂ ਨੇ ਵਿਦਿਆ ਦਿੱਤੀ ਆ ਹੂੰ ਕੋਸ਼ਿ ਵਿਦਿਆ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਆ ਕੋਈ ਆਜੂਗਾ ਮੇਰੇ ਕਰਨ ਵਾਲਾ ਕੰਮ ਹੋਊਗਾ ਭਾਈ ਜਰੂਰ ਕਰਾਂਗੇ ਨਹੀਂ ਤਾਂ ਕਮੈਂਟ ਕਰਨ ਵਾਲਿਆਂ ਦੀਆਂ ਗਾਲਾਂ ਖਾਣ ਵਾਸਤੇ ਅਸੀਂ ਤਿਆਰ ਹਾਂ ਦੇਖੋ ਕੀ ਕਮੈਂਟਾਂ ਚ ਕਰਦੇ ਨੇ ਲੋਕ ਧੰਨਵਾਦ ਉਹਨਾਂ ਦਾ ਕਮੈਂਟ ਕਰਨ ਵਾਲਿਆਂ ਦਾ ਕਿਉਂਕਿ ਅੱਜ ਕੱਲ ਈਰਖਾ ਇੰਨੀ ਵੱਧ ਗਈ ਆ ਅ ਬਸ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ ਨਾ ਕੋਈ ਸੰਤ ਇੱਕ ਦੂਜੇ ਨੂੰ ਬਰਦਾਸ਼ਤ ਕਰੇ ਨਾ ਗਿਆਨੀ ਬਰਦਾਸ਼ਤ ਕਰੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਬੁੱਧੀ ਨਹੀਂ ਹੈਗੀ ਪੜੇ ਨਹੀਂ ਹੈਗੇ ਉਹਨਾਂ ਨੂੰ ਤਾਂ ਵਰਦਾਸ ਕੀ ਕਰਨਾ ਉਹਨਾਂ ਵਾਸਤੇ ਸਾਡੀਆਂ ਨਵੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਕਮੈਂਟ ਪੜਿਆ ਸੀ ਕਹਿੰਦੇ ਲੈ ਆ ਇੱਕ ਹੋਰ ਆ ਗਿਆ ਨਵਾਂ ਹੀ ਬਾਬਾ ਕਹਿੰਦੇ ਨਵੀਆਂ ਗੱਲਾਂ ਲਿਆ ਕੱਢ ਮਾਰਦਾ ਹੂੰ ਵੀ ਨਵੀਂ ਗੱਲ ਮੈਂ ਤਾਂ ਕੱਢ ਮਾਰਦਾ ਆ ਵੀ ਮੈਂ ਨਵੀਆਂ ਗੱਲਾਂ ਪੜ੍ਹੀਆਂ ਨੇ ਠੀਕ ਹੈ ਤੁਹਾਨੂੰ ਕਿਸੇ ਨੇ ਸੁਣਾਈਆਂ ਨਹੀਂ ਤੁਹਾਨੂੰ ਕਿਸੇ ਨੇ ਪੜ੍ਹਾਇਆਂ ਨਹੀਂ ਨਾ ਕੋਈ ਤੁਸੀਂ ਸੰਥਿਆ ਕਰਨੀਆਂ ਨਾ ਤੁਸੀਂ ਕਥਾ ਪੜ੍ਹਨੀਆਂ ਨਾ ਤੁਸੀਂ ਕਥਾ ਸੁਣਨੀਆਂ ਨਾ ਤੁਸੀਂ ਗੁਰਬਾਣੀ ਪੜ੍ਹਨੀਆਂ ਨਾ ਗੁਰਬਾਣੀ ਸੁਣਨੀਆਂ ਤੇ ਤੁਹਾਨੂੰ ਅਕਲ ਕਿੱਥੋਂ ਆਉਣੀ ਆ ਦੂਜੀ ਗੱਲ ਜਿਹੜੇ ਨਾਮ ਜਪਣ ਵਾਲੇ ਸਤਿਪੁਰਸ਼ ਨੇ ਉਹ ਕਦੇ ਕਿਸੇ ਤੇ ਕਮੈਂਟ ਨਹੀਂ ਕਰਦੇ ਠੀਕ ਆ ਇੱਕ ਗੁਰਬਾਣੀ ਦੀ ਪੰਕਤੀ ਆ ਕੋਈ ਬੰਦਾ ਵਿਆਖਿਆ ਕਰ ਰਿਹਾ ਸੀਗਾ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਬਈ ਭੂਤ ਪ੍ਰੇਤ ਕੋਈ ਹੋਰ ਕਿਤੋਂ ਨਹੀਂ ਆਉਂਦੇ ਆਉਂਦੇ ਹੋਣਗੇ ਕਿਤੇ ਬਾਹਰੋਂ ਪਰ ਅੱਜ ਕਰ ਜਿਹੜੇ ਜੰਮ ਰਹੇ ਨੇ ਨਾ ਆ ਕਮੈਂਟ ਕਰਨ ਵਾਲੇ ਇਹ ਭੂਤ ਪ੍ਰੇਤ ਹੀ ਜੰਮ ਰਹੇ ਨੇ ਅੱਛਾ ਹੁਣ ਮੈਂ ਉਹਨਾਂ ਦੀਆਂ ਮਾਮਾਂ ਨੂੰ ਤਾਂ ਨਹੀਂ ਕੁਝ ਕਹਿ ਸਕਦਾ ਚਲੋ ਉਹਨਾਂ ਨੇ ਤਾਂ ਜੰਮਣਾ ਸੀ ਉਹਨਾਂ ਨੂੰ ਜਨਮ ਦੇਤਾ ਮਾਂ ਕਿਸੇ ਦੀ ਵੀ ਆ ਮਾਂ ਸਤਕਾਰਯੋਗ ਆ ਮਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਪਰ ਮਾਤ ਪਿਤਾ ਸੋ ਸਤਰ ਹੈ ਬਾਲ ਪੜਾਵਤ ਨਾਹੀਂ ਸ਼ੋਭਾ ਨਾ ਪਾਵੇ ਜਗਤ ਮੇ ਜੋ ਬਗ ਹੰਸਨ ਮਾਹੇ ਚਣਾਕੇ ਨੇ ਲਿਖਿਆ ਚਣਕਿਆ ਰਿਸ਼ੀ ਨੇ ਵੀ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸ਼ੁਭ ਸਿੱਖਿਆ ਨਹੀਂ ਦਿੰਦੇ ਉਹ ਮਾਤਾ ਪਿਤਾ ਬੱਚਿਆਂ ਦੇ ਦੁਸ਼ਮਣ ਨੇ ਕਿਸ ਤਰ੍ਹਾਂ ਸ਼ੋਭਾ ਨਾ ਪਾਵੇ ਜਗਤ ਮੇ ਉਹ ਸੰਸਾਰ ਵਿੱਚ ਸ਼ੋਭਾ ਨਹੀਂ ਪਾਉਂਦੇ ਚੰਗੇ ਕੰਮ ਨਹੀਂ ਕਰਦੇ ਉਹ ਇੱਜ਼ਤ ਨਹੀਂ ਕਮਾਉਂਦੇ ਕਿਸ ਤਰ੍ਹਾਂ ਜੋ ਬਗ ਹੰਸਨ ਮਾਹੇ ਜਿਵੇਂ ਹੰਸਾਂ ਦੀ ਸਭਾ ਹੋਵੇ ਉੱਚ ਇੱਕ ਬਗਲਾ ਬੈਠਾ ਹੋਵੇ ਤੇ ਪਛਾਣਿਆ ਜਾਂਦਾ ਵੀ ਇਹ ਹੰਸ ਨਹੀਂ ਹੈਗਾ ਇਹ ਬਗਲਾ ਆ ਹੁਣ ਸਾਡੇ ਕੋਲ ਬਗਲੇ ਜਾਦੇ ਹੋ ਗਏ ਆ ਹੰਸ ਚਾਰੇ ਬਹੁਤ ਘੱਟ ਹੋ ਗਏ ਨੇ ਹੰਸ ਦੂਰ ਹੋ ਗਏ ਨੇ ਇਸ ਕਰਕੇ ਇਹ ਭਾਈ ਇਹਨਾਂ ਨੇ ਆਪਣਾ ਕੰਮ ਕਰਨਾ ਹੀ ਕਰਨਾ ਆਪਾਂ ਆਪਣਾ ਕੰਮ ਕਰਨਾ ਪਰ ਆਪਾਂ ਆਪਣੇ ਕੰਮ ਤੋਂ ਰੁਕਣਾ ਨਹੀਂ ਹੈਗਾ ਠੀਕ ਹੈ ਅਗਲੀ ਜਿਹੜੀ ਇੰਟਰਵਿਊ ਮੈਂ ਦਊਂਗਾ ਉਹ ਇਸ ਬ੍ਰह्म ਗਿਆਨ ਦੇ ਉੱਤੇ ਮੈਂ ਦਊਂਗਾ ਅੱਛੀ ਉਹ ਤਿਆਰੀ ਰੱਖਿਓ ਦਿਵਾਲੀ ਤੋਂ ਬਾਅਦ ਆ ਜਿਓ ਦਿਵਾਲੀ ਤੋਂ ਬਾਅਦ ਫਿਰ ਜਿਹੜੇ ਪਿਓਰ ਗਿਆਨੀਆਂ ਵਾਲੇ ਇੰਟਰਵਿਊ ਆ ਆਪਾਂ ਉਹ ਕਰਾਂਗੇ ਜਿਹੜਾ ਸ਼ਾਇਦ ਹੀ ਕਿਸੇ ਗਿਆਨੀ ਨੇ ਕੋਈ ਸੁਣਾਇਆ ਹੋਊਗਾ ਕਿ ਕਿਸੇ ਨੇ ਦੱਸਿਆ ਹੋਊਗਾ ਅੱਛਾ ਉਹ ਇੰਟਰਵਿਊ ਕਰਨੀ ਆ ਉਹ ਬਹੁਤ ਜ਼ਰੂਰੀ ਆ ਠੀਕ ਆ ਜੀ ਠੀਕ ਆ ਤੇ ਇੱਕ ਜਾਂਦੇ ਜਾਂਦੇ ਸਾਨੂੰ ਥੋੜਾ ਜਿਹਾ ਦਿਵਾਲੀ ਤੇ ਨਵੇਂ ਸਾਲ ਤੇ ਕੋਈ ਲੋਕਾਂ ਨੂੰ ਕਿਸ ਤਰ੍ਹਾਂ ਇਹ ਬਚ ਸਕਦੇ ਨੇ ਕੋਈ ਅਪਾ ਵਗੈਰਾ ਹਾ ਮੈਂ ਦੱਸਿਆ ਵੀ ਦੀਵਾਲੀ ਦਾ ਕੋਈ ਵੀ ਜਾਦੂ ਟੂਣਾ ਹੈਗਾ ਚਾਹੇ ਹੈਗਾ ਚਾਹੇ ਨਹੀਂ ਹੈਗਾ ਯਾਰ ਢਾਈ ਪਤਾਸੇ ਢਾਈ ਲੌਂਗ ਢਾਈ ਲੱਚੀਆਂ ਲੈ ਕੇ ਇੱਕ ਪਾਸੇ ਉਹਨੂੰ ਕਾਲਾ ਕਰਨਾ ਕੱਜਲ ਨਾਲ ਇੱਕ ਪਾਸੇ ਲਾਲ ਕਰਨਾ ਸੰਧੂਰ ਨਾਲ ਤੇ ਆਪਣੇ ਉੱਤੋਂ ਸੱਤ ਵਾਰ ਘੁਮਾ ਕੇ ਐਂਟੀਕਲੌਕ ਬਾਰ ਮیدਾਨ ਚ ਛਟਿਆਓ ਕਿਤੇ ਜੇ ਜਾਦੂ ਟੂਨੇ ਦਾ ਅਸਰ ਨਹੀਂ ਖਤਮ ਹੁੰਦਾ ਮੈਨੂੰ ਦੱਸੋ ਇਹਦੇ ਨਾਲ ਹੋਊਗਾ ਇਹ ਉਪਾਅ ਆ ਬਹੁਤ ਵੱਡਾ ਉਪਾਅ ਆ ਇਹ ਇਹ ਜਿੱਥੇ ਵੀ ਹੋਊਗਾ ਆਪਣੇ ਆਪ ਠੀਕ ਹੋ ਜਾਊਗਾ ਠੀਕ ਹੈ ਜੇ ਨਹੀਂ ਠੀਕ ਹੁੰਦਾ ਫਿਰ ਆਪਾਂ ਬੈਠੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ OK ਜੀ ਵਾਹਿਗੁਰੂ ਖਾਲਸਾ ਸਾਹਿਬ ਜੀ ਕੀ ਫਤਿਹ